ਸਾਧ ਸੰਗਤ ਜੀ ਆਓ, ਅੱਜ ਆਪ ਜੀ ਸੱਤਵੇਂ ਦਿਨ ਦਾ ਆਨੰਦ ਮਾਣ ਰਹੇ ਹੋ ਸਤਸੰਗਤ ਦਾ। ਸਮਾਂ ਤਾਂ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ 5 ਦਿਨ ਦਾ ਸੀ, ਪਰ ਜੋ ਅਗਲੇ 2 ਦਿਨ ਨੇ ਇਹ ਸੰਗਤਾਂ ਦਾ ਪ੍ਰੇਮ, ਜਿੱਥੇ ਪ੍ਰੇਮ ਹੈ ਉੱਥੇ ਕੋਈ ਨਿਯਮ ਨਹੀਂ ਰਹਿ ਜਾਂਦਾ, ਪ੍ਰੇਮ ਦੇ ਵਿੱਚ ਹੀ ਰੱਬ ਵੱਸਦਾ ਹੈ। ਔਰ ਇਸ ਪ੍ਰੇਮ ਸਤਿਕਾਰ ਦੇ ਨਾਲ ਹੀ ਆਪ ਸਭ ਮਾਈ ਭਾਈ ਸਭ ਸਾਰੇ ਦਿਨਾਂ ਤੋਂ ਹੀ ਜੁੜ ਬੈਠਦੇ ਹੋ। ਕਿਤਨੇ ਗੁਰਮੁਖ ਹੋ ਮਾਈ ਭਾਈ ਨੇ ਜਿਨ੍ਹਾਂ ਨੇ ਇੱਕ ਦਿਨ ਵੀ ਵਾਂਝਾ ਨਹੀਂ ਜਾਣ ਦਿੱਤਾ ਵੀ ਲਾਹਾ ਲਈਏ ਚੱਲ ਕੇ। ਇਹੀ ਮਨੁੱਖਾ ਜੀਵਨ ਦਾ ਲਾਹਾ ਹੈ ਸਾਧ ਸੰਗਤ ਜੀ। ਕਈ ਲੋਕ ਈਰਖਾ ਵੱਸ ਹੋ ਕੇ ਨਿੰਦਿਆ ਦੁਵੈਸ਼ ਵਿੱਚ ਪੈ ਕੇ ਆਪਣੇ ਜੀਵਨ ਨੂੰ ਖਰਾਬ ਕਰ ਲੈਂਦੇ ਨੇ, ਪਰ ਧੰਨ ਨੇ ਉਹ ਗੁਰਮੁਖ ਜਨ ਜਿਨ੍ਹਾਂ ਦੇ ਕੋਲ ਰਾਈ ਮਾਤਰ ਵੀ ਕੋਈ ਈਰਖਾ ਨਹੀਂ, ਦੁਵੈਸ਼ ਨਹੀਂ, ਹੋਮੇ ਨਹੀਂ, ਨਿੰਦਿਆ ਨਹੀਂ, ਨਿਰਿਛਿਤ ਹੋ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜੁੜ ਕੇ ਬੈਠਣਾ, ਇਹੀ ਗੁਰਮੁਖ ਅਵਸਥਾ ਹੁੰਦੀ ਹੈ। ਗੁਰਮੁਖਾਂ ਦਾ ਜੀਵਨ ਹੀ ਕੀਰਤਨ ਤੋਂ ਆਰੰਭ ਹੁੰਦਾ ਹੈ। ਪਹਿਲਾ ਗੁਰਮੁਖ ਦਾ ਗੁਣ ਹੈ ਨਾਦੰ, ਨਾਦੰ ਦਾ ਭਾਵ ਹੀ ਗੁਰੂ ਦਾ ਜਸ ਕੀਰਤਨ। ਫਿਰ ਵੇਦੰ ਕਿਹਾ ਮਹਾਰਾਜ ਨੇ ਗੁਰਬਾਣੀ ਨਾਲ ਜੁੜਨਾ। ਔਰ ਤੀਸਰਾ ਗੁਣ ਹੈ ਸਦਾ ਹੀ ਪਰਮੇਸ਼ਰ ਨਾਲ, ਇਉਂ ਸੰਸਾਰ ਵਿੱਚ ਰਹਿੰਦੇ ਹੋਏ ਵੀ ਰੱਬ ਨਾਲ ਜੁੜੇ ਰਹਿਣਾ। ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ, ਸਦਾ ਹੀ ਗੁਰਮੁਖ ਤਾਂ ਮਨ ਕਰਕੇ ਆਤਮਿਕ ਤੌਰ 'ਤੇ ਅੰਦਰੋਂ ਹਿਰਦੇ 'ਚੋਂ ਪਰਮੇਸ਼ਰ ਨਾਲ ਲਿਵ ਜੋੜੀ ਰੱਖਦੇ ਨੇ। ਗੁਰੂ ਮਹਾਰਾਜ ਜੀ ਦੀ ਕਿਰਪਾ ਹੈ ਸਰਵ ਕਲਾ ਸਮਰੱਥ, ਸ਼ਬਦ ਅਵਤਾਰ ਨਾਮ ਬਾਣੀ ਕੇ ਬੋਹਿਤ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਆਪ ਮਿਹਰ ਕਰੀ, ਤਰਸ ਆਇਆ ਸਤਿਗੁਰਾਂ ਨੂੰ, ਦਇਆ ਆਈ, ਰਹਿਮਤ ਹੋਈ, ਤਾਂ ਕਿਤੇ ਜਾ ਕੇ ਆ ਸਮਾਂ ਮਿਲਦਾ ਹੈ। ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਆ ਸਤਿਗੁਰਾਂ ਦੇ ਚਰਨਾਂ ਵਿੱਚ ਬੈਠਣਾ, ਇਹ ਬਿਨਾਂ ਭਾਗਾਂ ਤੋਂ ਤਾਂ ਨਹੀਂ ਸਮਾਂ ਮਿਲਦਾ ਹੁੰਦਾ। ਇਹਨਾਂ ਨੂੰ ਸਮਾਂ ਮਿਲਦਾ ਹੈ ਸਾਧ ਸੰਗਤ ਜੀ, ਜਿਨ੍ਹਾਂ 'ਤੇ ਸਤਿਗੁਰਾਂ ਦੀ ਰਹਿਮਤ ਹੈ, ਦਇਆ ਹੈ, ਸੁਭਾਵ ਪਿਆਰ ਦੇ ਨਾਲ ਜਿੱਥੇ ਤੁਸੀਂ ਇਤਨੇ ਸਮੇਂ ਤੋਂ ਜੁੜੇ ਬੈਠੇ ਹੋ, ਉੱਥੇ ਜਿਤਨਾ ਕੁ ਵੀ ਸਮਾਂ ਸਤਿਗੁਰੂ ਜੀ ਹੋਰ ਬਖਸ਼ਿਸ਼ ਕਰਦੇ ਨੇ, ਮਨ ਬਿਰਤੀਆਂ ਨੂੰ ਇਕਾਗਰ ਕਰਕੇ ਬੈਠੀਏ, ਬਾਹਰੋਂ ਖਿਆਲਾਂ ਨੂੰ ਰੋਕੀਏ, ਇੱਧਰ ਉੱਧਰ ਨਾ ਮਨ ਨੂੰ ਜਾਣ ਦਈਏ, ਗੁਰੂ ਸ਼ਬਦ ਦੇ ਨਾਲ ਇਸ ਮਨ ਨੂੰ ਜੋੜ ਲੈਣਾ, ਇਹੀ ਅਭਿਆਸ ਹੈ। ਅਭਿਆਸ ਮੁੜ ਮੁੜ ਕੇ ਇੱਕੋ ਜਗ੍ਹਾ 'ਤੇ ਮਨ ਨੂੰ ਟਿਕਾਈ ਜਾਣਾ। ਭਗਵਾਨ ਕ੍ਰਿਸ਼ਨ ਜੀ ਨੇ ਵੀ ਅਰਜਨ ਨੂੰ ਇਹੀ ਕਿਹਾ ਸੀ। ਅਰਜਨ ਨੇ ਕਿਹਾ ਸੀ, ਮਹਾਰਾਜ ਇਹ ਮਨ ਹੈ ਜਿਹੜਾ, ਇਹ ਮਨ ਕਿਵੇਂ ਜਿੱਤਿਆ ਜਾਵੇਗਾ? ਜਿਹੜੇ ਤਾਂ ਗੱਲ ਕਰਦੇ ਨੇ ਵੀ ਮਨ ਨੂੰ ਜਿੱਤ ਲਵਾਓ, ਮਨ ਨੂੰ ਇਉਂ ਨਹੀਂ ਜਿੱਤ ਸਕਦੇ ਜਿਹੜੇ ਕਹਿੰਦੇ ਨੇ, ਮਨ ਦੇ ਅੱਗੇ ਹਾਰਨਾ ਪਿਆ ਹੈ। ਪਰ ਮਨ ਨੂੰ ਇੱਥੇ ਵੱਸ ਕਰਨਾ ਕਿਵੇਂ ਹੋਵੇਗਾ? ਇਹ ਬਸ ਗੁਰੂ ਦੀ ਕਿਰਪਾ ਹੋਵੇ, ਫਿਰ ਅਭਿਆਸ ਹੈ। ਅਭਿਆਸ ਦਾ ਭਾਵ ਮੁੜ ਮੁੜ ਕੇ ਮਨ ਨੂੰ ਇੱਕ ਜਗ੍ਹਾ 'ਤੇ ਜੋੜੀ ਜਾਣਾ, ਫਿਰ ਮਨ ਦੌੜਦਾ ਹੈ ਕਿਸੇ ਪਾਸੇ ਨੂੰ। ਇਹ ਮਨ ਬਾਂਦਰ ਦੀ ਨਿਆਈ ਹੈ। ਭਗਵਾਨ ਕਹਿਣ ਲੱਗੇ, ਅਰਜਨ ਤੈਂ ਇਸ ਮਨ ਦੀ ਗੱਲ ਕਰੀ ਹੈ ਵੀ ਮਨ ਕਿਵੇਂ ਜੁੜੇ, ਇਹ ਮਨ ਤਾਂ ਇੱਕ ਬਾਂਦਰ ਦੀ ਨਿਆਈ ਕਿਹਾ ਮਹਾਰਾਜ ਨੇ। ਭਗਵਾਨ ਕਹਿਣ ਲੱਗੇ, ਅਰਜਨ ਜੋ ਮਨ ਹੈ ਇੱਕ ਇਹ ਬਾਂਦਰ ਦੇ ਵਾਂਗ, ਕਿਤਨੇ ਬਾਂਦਰ ਹੁਣ ਦੇਖਦੇ ਹਾਂ ਕਿਤਨੀਆਂ ਛਲਾਂਗਾਂ ਮਾਰਦਾ ਹੈ, ਬਿਰਛਾਂ ਦੇ ਉੱਪਰ ਦੇਖਦੇ ਹਾਂ ਇੱਕ ਟਹਿਣੀ ਤੋਂ ਦੂਸਰੀ ਟਹਿਣੀ 'ਤੇ, ਉਦੋਂ ਅੱਗੇ ਉਸਨੇ ਇੱਕ ਜਗ੍ਹਾ 'ਤੇ ਟੇਕ ਕੇ ਨਹੀਂ ਬੈਠਣਾ ਕਦੇ। ਇਹੀ ਹਾਲ ਮਨ ਦਾ ਹੁੰਦਾ ਹੈ, ਮਨ ਵੀ ਬਾਂਦਰ ਦੀ ਤਰ੍ਹਾਂ ਕਦੇ ਟੇਕ ਕੇ ਨਹੀਂ ਬੈਠ ਸਕਦਾ, ਇਹ ਮਨ ਚੰਚਲ ਹੈ। ਇਹ ਮਨ ਨੂੰ ਮਹਾਰਾਜ ਨੇ ਮੱਖੀ ਦਾ ਰੂਪ ਵੀ ਦੱਸਿਆ ਹੈ। ਇਹੀ ਮਨ ਹੈ ਕਦੇ ਸਾਧ ਸੰਗਤ ਜੀ ਫੁੱਲਾਂ ਦੀ ਸੁਗੰਧ ਲੈਂਦਾ ਹੈ, ਇਹੀ ਮਨ ਹੈ ਕਈ ਵਾਰ ਚੰਗੇ ਚੰਗੇ ਅੱਛੇ ਅੱਛੇ ਪਕਵਾਨਾਂ 'ਤੇ ਬੈਠ ਜਾਂਦਾ ਮੱਖੀ ਰੂਪ ਜਾ ਕੇ। ਔਰ ਉਹੀ ਮੱਖੀ ਰੂਪ ਮਨ ਦੀ ਵੀ ਉਹੀ ਅਵਸਥਾ ਹੈ, ਕਦੇ ਵੀ ਬਿਸ਼ਟਾਂ 'ਤੇ ਵੀ, ਗੰਦਗੀ 'ਤੇ ਵੀ ਜਾ ਬੈਠਦਾ ਹੈ। ਇਸੇ ਮਨ ਨੂੰ ਕਬੀਰ ਸਾਹਿਬ ਜੀ ਨੇ ਕਿਹਾ, ਕਬੀਰ ਮਨ ਪੰਖੀ ਪਿਆ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ। ਜੋ ਮਨ ਹੈ ਸਾਧ ਸੰਗਤ ਜੀ, ਇਹ ਦਸੇ ਦਿਸ਼ਾਵਾਂ ਨੂੰ ਦੌੜਦਾ ਫਿਰਦਾ, ਇਹਦੀ ਇਤਨੀ ਤੇਜ਼ ਰਫਤਾਰ ਹੈ,
ਭਾਵੇਂ ਹੋਰ ਬੜੀ ਮਸ਼ੀਨਰੀ ਚੱਲੀ ਹੋਈ ਆ, ਬੜੀ ਤੇਜ਼ ਦੌੜਦੀ ਹੈ, ਬਹੁਤ ਰਫਤਾਰ ਹੈ, ਐਸਾ ਸਮਾਂ ਆਇਆ ਹੋਇਆ ਤੇਜ਼ ਰਫਤਾਰ, ਸੰਸਾਰ ਹੀ ਬੜੀ ਤੇਜ਼ ਰਫਤਾਰ ਨਾਲ ਚੱਲ ਰਿਹਾ ਹੈ। ਦੇਖ ਹੀ ਰਹੇ ਹਾਂ ਅੱਜ ਕੀ ਸੀ ਕੱਲ ਕੀ ਹੈ। ਅੱਜ ਤੋਂ ਸਾਧ ਸੰਗਤ ਜੀ 12-14 ਸਾਲ ਪਹਿਲਾਂ ਦੇਖ ਲਓ ਆਹੀ ਸਮਾਂ ਕਿਹੋ ਜਿਹਾ ਸੀ ਅਤੇ ਅੱਜ ਕਿਹੋ ਜਿਹਾ ਸਮਾਂ ਆ ਗਿਆ, ਕਿਤਨੀਆਂ ਸਹੂਲਤਾਂ ਆ ਗਈਆਂ। ਦੇਖ ਹੀ ਰਹੇ ਨੇ ਸਮਾਂ ਬਦਲਦਾ ਹੀ ਜਾਂਦਾ ਹੈ, ਹਰ ਦਿਨ ਹਰ ਪਲ ਘੜੀਆਂ ਸਮਾਂ ਅੱਗੇ ਨੂੰ ਹੀ ਇਤਨਾ ਸੰਸਾਰ ਤੁਰਦਾ ਜਾਂਦਾ, ਕਿੱਥੇ ਕੁ ਤੱਕ ਜਾਣਾ ਹੈ। ਇਹ ਮਨ ਵੀ ਸਾਧ ਸੰਗਤ ਜੀ ਸਦਾ ਦੌੜਦਾ ਹੀ ਫਿਰਦਾ ਹੈ, ਇਹਦੀ ਬੜੀ ਤੇਜ਼ ਰਫਤਾਰ ਹੈ। ਔਰ ਇਹੀ ਭਗਵਾਨ ਨੇ ਕਿਹਾ ਸੀ ਵੀ ਅਭਿਆਸ ਦੇ ਨਾਲ ਹੀ ਮਨ ਵਸ ਆਉਂਦਾ ਹੈ, ਮਨ ਜੁੜਦਾ ਹੈ ਇੱਕ ਜਗ੍ਹਾ 'ਤੇ। ਅਭਿਆਸ ਕੀ ਹੈ? ਇੱਕੋ ਜਗ੍ਹਾ 'ਤੇ ਮਨ ਨੂੰ ਮੁੜ ਮੁੜ ਕੇ ਜੋੜੀ ਜਾਣਾ, ਇੱਕ ਜਗ੍ਹਾ ਦਾ ਆਸਰਾ ਟੇਕ ਰੱਖ ਲਈ ਸਾਹਮਣੇ। ਗੁਰੂ ਮਹਾਰਾਜ ਦੇ ਸਰੂਪ ਨੇ ਮੁੜ ਮੁੜ ਇਹਨਾਂ ਵਿੱਚ ਧਿਆਨ ਲੈ ਕੇ ਜਾਣਾ, ਆਪਦਾ ਮਨ ਇੱਧਰ ਹੀ ਜੋੜਨਾ, ਫਿਰ ਮਨ ਕਿਸੇ ਪਾਸੇ ਦੌੜਦਾ ਨਹੀਂ, ਫਿਰ ਉਸਨੂੰ ਮੁੜ ਕੇ ਉਸੇ ਜਗ੍ਹਾ 'ਤੇ ਲੈ ਕੇ ਆਉਣਾ। ਇਸੇ ਦਾ ਨਾਂ ਅਭਿਆਸ ਹੈ ਸਾਧ ਸੰਗਤ ਜੀ। ਇੱਕ ਜਗ੍ਹਾ ਦਾ ਸਾਹਮਣੇ ਕੋਈ ਗੁਰੂ ਮਹਾਰਾਜ ਦਾ ਹੀ ਸਰੂਪ ਰੱਖ ਲਿਆ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ, 10ਵੇਂ ਪਾਤਸ਼ਾਹ ਦਾ ਸਰੂਪ ਰੱਖ ਲਿਆ, ਸਿੰਘਾਂ ਸ਼ਹੀਦਾਂ ਦੇ ਜਿੱਤੇ ਸਿੱਧ ਪੁਰਸ਼ਾਂ ਦੀਆਂ ਉਹ ਬਰਕਤਾਂ ਸਿੱਖ ਕੌਮ ਦੇ ਵੀ ਜਿਵੇਂ ਹੋਏ, ਭਾਈ ਮਨੀ ਸਿੰਘ ਜੀ ਬ੍ਰਹਮ ਗਿਆਨੀ ਮਹਾਂਪੁਰਖ ਹੋਏ, ਬਾਬਾ ਦੀਪ ਸਿੰਘ ਜੀ ਹੋਏ, ਭਾਈ ਤਾਰੂ ਸਿੰਘ ਜੀ ਹੋਏ, ਹੋਰ ਕਿਤਨੇ ਗੁਰਸਿੱਖਾਂ ਗੁਰਮੁਖਾਂ ਦਾ ਨਾਮ ਆਉਂਦਾ ਹੈ, ਉਹ ਸਤਿਪੁਰਸ਼ ਬ੍ਰਹਮ ਗਿਆਨੀ ਹੋਏ ਨੇ ਸਾਰੇ। ਔਰ ਉਹਨਾਂ ਦੇ ਸਰੂਪ ਨੂੰ, ਮਹਾਂਪੁਰਖਾਂ ਦੇ ਸਰੂਪ ਦੇਖ ਲਓ, ਦਰਸ਼ਨ ਕਰ ਲੈਣੇ, ਵੀ ਸੰਤ ਮਹਾਰਾਜ ਜੀਆਂ ਦਾ ਹੀ ਸਰੂਪ ਇਹ ਸੰਤ ਬਾਬਾ ਆਤਰ ਸਿੰਘ ਜੀ ਮਹਾਰਾਜ ਜੀ ਨੇ, ਕਦੇ ਧਿਆਨ ਦੇ ਨਾਲ ਉੱਧਰ ਧਿਆਨ ਟਿਕਾ ਲੈਣਾ ਵੀ ਮਹਾਰਾਜ ਧੰਨ ਸੀ ਮਸਦੁਆਣਾ ਸਾਹਿਬ ਵਾਲੇ, ਧੰਨ ਮਹਾਰਾਜ ਜੀ ਰਾੜਾ ਸਾਹਿਬ ਵਾਲੇ, ਹੋਰ ਸਤਿਪੁਰਸ਼ਾਂ ਦਾ। ਇਉਂ ਸਾਹਮਣੇ ਇੱਕ ਜਗ੍ਹਾ ਦੇ ਉੱਤੇ ਮਨ ਉੱਧਰ ਹੀ ਮੁੜ ਮੁੜ ਕੇ ਲਾਈ ਜਾਣਾ, ਇੱਕ ਜਗ੍ਹਾ 'ਤੇ ਇਕਾਗਰ ਕਰ ਲੈਣਾ, ਮਨ ਨੂੰ ਜੋੜ ਲੈਣਾ। ਅਭਿਆਸ ਨਾਲ ਹੀ ਜੁੜਦਾ ਹੈ, ਜੁੜਦਾ ਜੁੜਦਾ ਹੀ ਜੁੜਦਾ ਹੈ। ਆਓ ਇਸ ਰਹਿੰਦੇ ਸਮੇਂ ਤੋਂ ਆਪਾਂ ਲਾਹਾ ਪ੍ਰਾਪਤ ਕਰੀਏ। ਸਾਧ ਸੰਗਤ ਨੇ ਦਿਨਾਂ ਤੋਂ ਆਪ ਜੀ ਲਾਹੇ ਲੈ ਰਹੇ ਹੋ, ਸਮੂਹ ਨਗਰ ਵਾਸੀ, ਨਗਰ ਅਕਬਰਪੁਰ ਛੰਨਾ, ਔਰ ਜੋ ਵੀ ਇਲਾਕਾ ਨਿਵਾਸੀ ਜਿਨ੍ਹਾਂ ਦੇ ਪੂਰਵਲੇ ਚੰਗੇ ਕਰਮ ਕੀਤੇ ਹੋਏ ਨੇ, ਉਹ ਸਤਸੰਗ ਦੇ ਵਿੱਚ ਆਉਂਦੇ ਨੇ। ਪੂਰਵਲੇ ਕਰਮਾਂ ਤੋਂ ਬਿਨਾਂ ਸਾਨੂੰ ਸਤਸੰਗ ਨਹੀਂ ਮਿਲਦੀ, ਇਹ ਸਤਸੰਗਤ ਮਿਲਦੀ ਹੋਈ ਪੂਰਵਲੇ ਚੰਗੇ ਕਰਮਾਂ ਕਰਕੇ ਹੈ। ਤੁਲਸੀ ਪੂਰਵ ਕਰਮ ਬਿਨ ਹਰ ਜਾਂ ਸੁਣਿਆ ਨਾ ਜਾਏ, ਕਈ ਉਂਘੈ ਕਈ ਲੜ ਪੜੈ ਕਈ ਉੱਠ ਘਰਾਂ ਕੋ ਜਾਏ। ਪੂਰਵਲੇ ਕਰਮ ਤੋਂ ਬਿਨਾਂ ਹਰ ਜਸ ਨਹੀਂ ਸੁਣਿਆ ਜਾਂਦਾ। ਸਾਧ ਸੰਗਤ ਜੀ ਕਈ ਤਾਂ ਉਂਘਣਗੇ ਇੱਥੇ ਆ ਕੇ, ਸੁਸਤੀ ਪੈ ਜਾਂਦੀ ਆ, ਮਨ ਨਹੀਂ ਖੜਦਾ। ਕਈ ਲੋਕ ਗੱਲਾਂ ਹੀ ਕਰਕੇ ਮੁੜ ਜਾਣਗੇ, ਕਈ ਹੋਰ ਨਹੀਂ ਕੋਈ, ਚਲੋ ਵੀ ਉੱਠ ਕੇ ਘਰ ਨੂੰ ਚੱਲਦਾ, ਇੱਕ ਜਾਣਾ ਉੱਠ ਕਿਹੜੇ ਸਾਰਿਆਂ ਦਾ ਆਨੰਦ ਖਰਾਬ ਕਰ ਦਿੰਦਾ। ਉੱਥੇ ਬਿਰਤੀਆਂ ਕਈਆਂ ਦੀਆਂ ਹਿੱਲ ਜਾਂਦੀਆਂ ਨੇ, ਇੱਕ ਵੀ ਉੱਠ ਕੇ ਵੀ ਚਲੋ ਚੱਲਦੇ ਹਾਂ, ਕੰਮ ਤਾਂ ਸਾਨੂੰ ਪਤਾ ਹੀ ਆ ਵੀ ਕਿੰਨੇ ਕੁ ਹੁੰਦੇ ਨੇ, ਸਾਡੇ ਕੰਮ ਕਿਹੜੇ ਨੇ। ਨਹੀਂ ਸਾਧ ਸੰਗਤ ਜੀ, ਆਪਾਂ ਆਪਦੇ ਆਨੰਦ ਵਿੱਚ ਹਾਂ, ਸਭ ਆਨੰਦ ਵਿੱਚ ਨੇ। ਕਿਸੇ ਦੇ ਮਨ ਨੂੰ ਕਿਸੇ ਦੀ ਬਿਰਤੀ ਨੂੰ ਖੇਡਣਾ ਨਹੀਂ, ਭਾਵ ਜੋੜਨਾ ਹੈ। ਜੋੜਨਾ ਹੀ ਸਭ ਤੋਂ ਵੱਡਾ ਧਰਮ ਕਿਹਾ, ਜੋੜਨਾ ਹੀ ਧਰਮ ਹੈ ਸਾਧ ਸੰਗਤ ਜੀ। ਤੋੜਨਾ ਤਾਂ ਗੁਨਾਹ ਹੈ, ਪਾਪ ਹੈ। ਜੋੜਿਆ ਕਰੋ, ਜੇ ਕਿਸੇ ਨੂੰ ਜੋੜਿਆ ਜਾਂਦਾ ਰੱਬ ਦੇ ਘਰ ਨਾਲ ਜੋੜਿਆ ਕਰੋ। ਕੋਈ ਬੇਅਮ੍ਰਤੀਆਂ ਮਿਲਦਾ ਉਹਨੂੰ ਕਿਹਾ ਕਰੋ, ਚੱਲ ਭਾਈ ਅੰਮ੍ਰਿਤ ਛਕ ਲੈ ਤੂੰ ਵੀ। ਜੇ ਕੋਈ ਨਿਤਨੇਮ ਨਹੀਂ ਕਰਦਾ ਉਹਨੂੰ ਕਿਹਾ ਕਰੋ, ਨਿਤਨੇਮ ਕਰਿਆ ਕਰ, ਬਾਣੀ ਪੜ੍ਹਿਆ ਕਰ। ਕੋਈ ਗੁਰਦੁਆਰੇ ਨਹੀਂ ਜਾਂਦਾ ਉਹਨੂੰ ਪ੍ਰੇਰ ਕੇ ਗੁਰਦੁਆਰੇ ਲੈ ਕੇ ਜਾਇਆ ਕਰੋ, ਵੀ ਚੱਲ ਭਾਈ ਤੂੰ ਗੁਰੂ ਮਹਾਰਾਜ ਦੇ ਦਰਸ਼ਨ ਕਰ। ਸਤਸੰਗ ਦੇ ਵਿੱਚ ਲੈ ਕੇ ਜਾਇਆ ਕਰੋ, ਦੀਵਾਨਾ ਵਿੱਚ, ਗੁਰੂ ਘਰ, ਜਿੱਥੇ ਵੀ ਰੱਬ ਦੀ ਗੱਲ ਹੁੰਦੀ ਹੈ ਸੁਣਿਆ ਕਰੋ। ਆਪ ਜੁੜਿਆ ਕਰੋ ਅਤੇ ਹੋਰਨਾਂ ਨੂੰ ਜੋੜਿਆ ਕਰੋ। ਧਰਮ ਨਾਲ ਜੋੜਨਾ, ਗੁਰੂ ਮਹਾਰਾਜ ਦੇ ਨਾਲ ਜੋੜਨਾ ਹੀ ਸਭ ਤੋਂ ਵੱਡਾ ਪੁੰਨ ਫਲ। ਇਹ ਕਿੰਨਾ ਵੱਡਾ ਪੁੰਨ ਹੈ, 68 ਤੀਰਥਾਂ ਦੇ ਇਸ਼ਨਾਨ ਦਾ ਫਲ ਹੈ। ਵੀ ਕਹਿ ਦਿਓ ਕਿਸੇ ਇੱਕ ਜੀਵ ਨੂੰ ਗੁਰੂ ਦੇ ਚਰਨਾਂ ਨਾਲ ਜੋੜ ਕੇ ਬਿਠਾ ਦੇ, ਇੰਨਾ ਫਲ ਮਿਲੇਗਾ ਤੂੰ ਸਮਝ ਨਹੀਂ ਵੀ ਮੈਂ 100 ਗਊ ਕਸਾਈ ਤੋਂ ਛੁਡਾ ਦਿੱਤੀ ਹੈ। ਕਿੰਨਾ ਫਲ ਹੈ ਕਿਸੇ ਕਸਾਈ ਤੋਂ 100 ਗਊ ਛੁਡਾ ਦੇਣੀ, ਕਿੰਨਾ ਪੁੰਨ ਫਲ ਮਿਲਦਾ ਹੈ। ਇੰਨਾ ਹੀ ਫਲ ਹੈ ਕਿਸੇ ਟੁੱਟੇ ਹੋਏ ਨੂੰ ਰੱਬ ਦੇ ਘਰ ਦੇ ਨਾਲ ਜੋੜ ਦੇਣਾ ਸਾਧ ਸੰਗਤ ਜੀ। ਔਰ ਜੋੜਦਾ ਕੌਣ ਹੈ? ਜਿਹੜਾ ਆਪ ਜੁੜਿਆ ਹੋਵੇਗਾ। ਕਿਤਨੇ ਸਤਿਪੁਰਸ਼ਾਂ ਦਾ ਜੀਵਨ ਆਉਂਦਾ ਹੈ, ਰੱਬ ਦੇ ਪਿਆਰਿਆਂ ਦਾ ਜੀਵਨ ਆਉਂਦਾ ਹੈ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਈ ਇਹ ਆਏ,
ਸਭਲ ਤਿਨਾ ਕੇ ਕਾਮਾ। ਮੈਂ ਐਸੇ ਰੱਬ ਦੇ ਪਿਆਰਿਆਂ ਤੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਜਿਨ੍ਹਾਂ ਕੋਲ ਨਾਮ ਧਨ ਹੈ, ਨਾਮ ਦਾ ਖਜ਼ਾਨਾ ਹੈ, ਉਹ ਸਾਧੂ, ਉਹ ਗੁਰਮੁਖ, ਉਹ ਸਤਪੁਰਸ਼, ਉਹਨਾਂ ਦਾ ਆਉਣਾ ਵੀ ਧਨ ਹੈ। ਮਹਾਰਾਜ ਕਹਿੰਦੇ ਉਹਨਾਂ ਦੇ ਕੰਮ ਵੀ ਕੀਤੇ ਇੱਥੇ ਸਫਲੇ ਨੇ। ਐਸੇ ਗੁਰਮੁਖਾਂ ਤੋਂ ਹੇ ਪਰਮਾਤਮਾ, ਹੇ ਹਰ ਜੀ ਪਰਮੇਸ਼ਰ ਵਾਹਿਗੁਰੂ, ਤੇਰੇ ਜਾਨ ਜੁਗਿਆਸੂ ਗੁਰਮੁਖਾਂ ਤੋਂ ਮਹਾਰਾਜ ਜੀ ਕਹਿੰਦੇ ਅਸੀਂ ਵੀ ਕੁਰਬਾਨ ਜਾਂਦੇ ਹਾਂ, ਅਸੀਂ ਵੀ ਬਲਿਹਾਰ ਜਾਂਦੇ ਹਾਂ, ਹੋਂ ਕੁਰਬਾਨ ਹੈ ਜਾਓ ਮਿਹਰਬਾਨਾ। ਕੀ ਕਿਹਾ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਨੇ ਹੀ ਵਚਨ, ਗੁਰੂ ਅਰਜਨ ਦੇਵ ਮਹਾਰਾਜ ਜੀ ਆਪਦੀ ਰਸਨਾ ਦੁਆਰਾ ਕਰ ਰਹੇ ਨੇ। ਮੇਰੇ ਰਾਮ ਹਰ ਜਨ ਕੈ ਹੋਂ ਬਲ ਜਾਈ, ਹੋਂ ਬਲ ਜਾਈ, ਰਾਮ ਹਰ ਜਨ ਕੈ ਹੋਂ ਬਲ ਜਾਈ, ਹੋਂ ਬਲ ਜਾਈ, ਮੇਰੇ ਰਾਮ ਹਰ ਜਨ ਕੈ ਹੋਂ ਬਲ ਜਾਈ, ਕੇਸਾਂ ਕਾ ਕਰ ਚਵਰ ਟਰਾਵਾਂ, ਚਰਨ ਧੂੜ ਮੁਖ ਲਾਈ। ਕਿੰਨਾ ਮਾਣ ਉਹਨਾਂ ਗੁਰਮੁਖਾਂ ਨੂੰ ਜਿਹੜੇ ਹਰੀ ਦੇ ਜਨ ਬਣ ਗਏ। ਹਰੀ ਜਨ ਹੈ ਜੋ ਹਰ ਜਨ, ਉਹ ਪਰਮੇਸ਼ਰ ਦਾ ਬਣ ਕੇ ਚੱਲਣਾ। ਜਿਵੇਂ ਭਗਤ ਰਵਿਦਾਸ ਜੀਆਂ ਨੇ ਵੀ ਇਹੀ ਵਚਨ ਕੀਤਾ ਸੀ ਕਿ ਮਹਾਰਾਜ ਮੈਂ ਤੇਰਾ ਜਨ ਹਾਂ, ਮੈਨੂੰ ਆਪਦੇ ਚਰਨਾਂ ਦੇ ਨਾਲੋਂ ਵਿਛੋੜਿਓ ਨਾ। ਔਰ ਐਸੇ ਹਰ ਜਨ ਜੋ ਹਰੀ ਦੇ ਜਨ ਬਣ ਗਏ, ਰੱਬ ਦੇ ਬਣ ਗਏ। ਸਾਧ ਸੰਗਤ ਜੀ ਪਹਿਲਾਂ ਵੀ ਵਚਨ ਕਰ ਰਹੇ ਸੀ ਕਿਸੇ ਦੇ ਬਣ ਕੇ ਚੱਲਣਾ, ਰੱਬ ਦੇ ਹੀ ਬਣ ਕੇ ਚੱਲਣਾ। ਜੇ ਕਿਸੇ ਦੇ ਬਣ ਕੇ ਚੱਲਾਂਗੇ ਉਹਦੇ ਵਿੱਚ ਹੀ ਲਾਹਾ ਹੈ, ਜਾਂ ਕਿਸੇ ਨੂੰ ਆਪਦਾ ਬਣਾ ਲਓ ਜਾਂ ਕਿਸੇ ਦੇ ਬਣ ਜਾਓ। ਜਿਹੜੇ ਰੱਬ ਦੇ ਬਣ ਕੇ ਚੱਲੇ ਨੇ ਉਹਨਾਂ ਸਤਪੁਰਸ਼ਾਂ ਤੋਂ ਮਹਾਰਾਜ ਕਹਿੰਦੇ ਅਸੀਂ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ। ਮਹਾਰਾਜ ਜੀ ਕਹਿੰਦੇ ਕਿੰਨਾ ਮਾਣ ਦਿੱਤਾ ਜੇ ਕੋਈ ਗੁਰਮੁਖ ਮਿਲ ਜਾਵੇ, ਕੋਈ ਰੱਬ ਦਾ ਪਿਆਰਾ ਮਿਲ ਜਾਵੇ ਨਾ। ਆ ਦੇਖਿਆ ਸਾਧ ਸੰਗਤ ਜੀ, ਕੇਸਾਂ ਕਾ ਕਰ ਚਵਰ, ਆ ਕੇਸਾਂ ਦਾ ਚੌਰ ਇਉਂ ਉਹਨਾਂ ਦੇ ਸੀ ਸੁਪਰ ਦੀ ਝੁਲਾਈਏ,
ਔਰ ਉਹਨਾਂ ਦੇ ਚਰਨਾਂ ਦੀ ਤੂੜੀ ਚੱਕ ਕੇ ਆਪਦੇ ਮਸਤਕ ਨੂੰ ਲਾ ਲਈਏ। ਇਹਨਾਂ ਨਿਮਰਤਾ ਦਾ ਸ਼ਬਦ ਹੈ ਸਾਧ ਸੰਗਤ ਜੀ। ਪਰ ਹੁਣ ਇੱਥੇ ਕਲਯੁੱਗ ਆ ਗਿਆ ਬਹੁਤ, ਹੁਣ ਤਾਂ ਅਸੀਂ ਕਿਸੇ ਨੂੰ ਮੰਨਦੇ ਹੀ ਨਹੀਂ, ਸਾਰੇ ਆਪ ਹੀ ਆਪ ਨਿਰੰਜਣ। ਅਸੀਂ ਤਾਂ ਕਹਿੰਦੇ ਹਾਂ ਮੈਂ ਹੀ ਮੈਂ ਹਾਂ, ਬਸ ਮੈਨੂੰ ਤਾਂ ਦਿਖਦਾ ਹੀ ਨਹੀਂ ਮੇਰੇ ਤੋਂ ਚੰਗਾ ਕੋਈ। ਸਾਡੀ ਤਾਂ ਉਹ ਅਵਸਥਾ ਹੋ ਗਈ ਜੋ ਭਗਵਾਨ ਜੀ ਨੇ ਇੱਕ ਦਿਨ ਕਿਹਾ ਸੀ। ਮਹਾਰਾਜ ਕ੍ਰਿਸ਼ਨ ਭਗਵਾਨ ਨੇ ਕਹਿਣ ਲੱਗੇ ਇੱਕ ਯੁਧਿਸ਼ਠਿਰ ਨੂੰ, ਧਰਮੀ ਨੂੰ ਆਪਦੇ ਕੋਲ ਲਿਆਂਦਾ ਮਹਾਰਾਜ ਨੇ ਬੁਲਾਇਆ, ਇੱਕ ਦੁਰਯੋਧਨ ਨੂੰ ਇੱਕ ਪਾਸੇ ਬੁਲਾ ਲਿਆ। ਪਹਿਲਾਂ ਮਹਾਰਾਜ ਜੀ ਨੇ ਵਚਨ ਕੀਤਾ, ਜਾ ਦੁਰਯੋਧਨ ਕੋਈ ਭਲਾ ਲੱਭ ਕੇ ਲਿਆ, ਸਾਨੂੰ ਲੱਭ ਕੇ ਲਿਆ ਕੇ ਦੇ ਕੋਈ ਭਲਾ, ਕੋਈ ਰੱਬ ਦਾ ਪਿਆਰਾ ਮਿਲ ਜਾਵੇ, ਕੋਈ ਭਲਾ ਮਿਲ ਜਾਵੇ, ਜਾਂ ਮੈਨੂੰ ਲੱਭ ਕੇ ਲਿਆ ਕੇ ਦੇ। ਪ੍ਰਭ ਮਿਲਵੇ ਕਉ ਪ੍ਰੀਤ ਮਨ ਲਾਗੀ, ਪਾਏ ਲੱਗੋ ਮੋਹੇ ਕਰੋ ਬੇਨਤੀ, ਕਉ ਸੰਤ ਮਿਲੈ ਵਡ ਭਾਗੀ। ਮਨ ਅਰਪਉ ਧਨ ਰਾਖੋ ਆਗੈ, ਮਨ ਕੀ ਮਤ ਮੋਹੇ ਸਗਲ ਤਿਆਗੀ। ਜੋ ਪ੍ਰਭ ਕੀ ਹਰ ਕਥਾ ਸੁਣਾਵੈ, ਅਨ ਦਿਨ ਫਿਰੋ ਜਿਸ ਪਿੱਛੇ ਬੈਰਾਗੀ। ਪੂਰਵ ਅੰਕੁਰ ਕਰਮ ਜਾਉ ਪ੍ਰਗਟੇ, ਭੇਟਿਓ ਪੁਰਖ ਰਸੁਕ ਬੈਰਾਗੀ। ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਜਨਮਾਂ ਜਨਮਾਂ ਦੇ ਸੁੱਤੇ ਭਾਗ ਜਾਗਦੇ ਨੇ। ਜਦੋਂ ਕੋਈ ਰੱਬ ਦਾ ਪਿਆਰਾ ਮਿਲ ਜਾਵੇ, ਕੋਈ ਗੁਰਮੁਖ ਕੋਈ ਗੁਰਸਿੱਖ ਨਾਮ ਜਪਣ ਵਾਲਾ ਮਿਲ ਜਾਵੇ। ਸਾਧ ਸੰਗਤ ਜੀ, ਮਹਾਰਾਜ ਕਹਿਣ ਲੱਗੇ ਭਗਵਾਨ ਕ੍ਰਿਸ਼ਨ ਜੀ ਕਹਿੰਦੇ, ਜਾਂ ਦੁਰਯੋਧਨ ਕੋਈ ਭਲੇ ਨੂੰ ਲੱਭ ਕੇ ਲਿਆ। ਕਹਿੰਦਾ ਮਹਾਰਾਜ ਲੈ ਕੇ ਆਉਣਾ। ਸਾਰਾ ਹਸਤਨਾਪੁਰ ਦੇਖ ਲਿਆ, ਉਹਨੂੰ ਕੋਈ ਭਲਾ ਹੀ ਨਾ ਮਿਲਿਆ। ਕਹਿੰਦਾ ਸਾਰੇ ਹੀ ਬੁਰੇ ਨੇ ਇੱਥੇ, ਤਾਂ ਭਲਾ ਨਹੀਂ ਮੈਨੂੰ ਕੋਈ ਦਿਖਦਾ। ਕਿਉਂਕਿ ਜਿਹੋ ਜੀ ਕਹਿੰਦੇ ਨੇ ਵੀ ਜੈਸੀ ਬਿਰਤੀ ਤੈਸੀ ਸ੍ਰਿਸ਼ਟੀ ਹੋ ਜਾਂਦੀ ਹੈ। ਜਿਹੋ ਜੀ ਕਿਸੇ ਦੀ ਵੀ ਆਪਣੀ ਬਿਰਤੀ ਹੋਵੇ, ਉਹਨੂੰ ਸਾਰੇ ਆਪਣੇ ਵਰਗੇ ਹੀ ਨਜ਼ਰ ਆਉਂਦੇ ਹੁੰਦੇ ਨੇ। ਦੁਰਯੋਧਨ ਨੇ ਕਿਹਾ, ਇੱਥੇ ਤਾਂ ਭਲਾ ਹੈ ਹੀ ਕੋਈ ਨਹੀਂ, ਕਿੱਥੋਂ ਲੱਭ ਕੇ ਲਿਆਵਾਂ। ਸਾਰਾ ਹਸਤਨਾਪੁਰ ਹੀ ਬੁਰਿਆਂ ਦਾ ਹੈ, ਇੱਥੇ ਤਾਂ ਸਭ ਪਾਪੀ ਰਹਿੰਦੇ ਨੇ, ਗੁਨਾਹਗਾਰ ਰਹਿੰਦੇ ਨੇ, ਇੱਥੇ ਤਾਂ ਕੋਈ ਚੰਗਾ ਰਹਿੰਦਾ ਹੀ ਨਹੀਂ। ਹਸਤਨਾਪੁਰ ਵਿੱਚ ਲੱਖਾਂ ਹੀ ਦੁਨੀਆ ਰਹਿੰਦੀ ਆ, ਕੋਈ ਭਲਾ ਨਾ ਲੱਭਿਆ ਦੁਰਯੋਧਨ ਨੂੰ। ਮੁੜ ਕੇ ਆ ਗਿਆ ਮਹਾਰਾਜ ਜੀ ਕੋਲ, ਮਹਾਰਾਜ ਕੋਈ ਭਲਾ ਨਹੀਂ। ਮਹਾਰਾਜ ਕਹਿੰਦੇ, ਆ ਯੁਧਿਸ਼ਠਿਰ ਹੁਣ ਤੂੰ ਜਾ ਕੇ ਆ, ਧਰਮੀ ਸੀ। ਸਤਿਵਚਨ ਮਹਾਰਾਜ ਦੇਖਿਆ ਸਾਰੇ ਹਸਤਨਾਪੁਰ ਦੇ ਵਿੱਚ, ਉਹਨਾਂ ਨੇ ਕਿਹਾ, ਭਗਵਾਨ ਨੇ ਕਿਹਾ ਸੀ ਵੀ ਜਾਂ ਕੋਈ ਇਹ ਭਲਾ ਲੱਭਣ ਗਿਆ ਸੀ, ਤੂੰ ਕੋਈ ਬੁਰਾ ਵੀ ਲੱਭ ਕੇ ਲਿਆ। ਕੋਈ ਬੁਰਾ ਮਿਲ ਜਾਵੇ ਮਿਲ ਜਾਵੇ ਨਾ ਕੋਈ, ਉਹਨੂੰ ਸਾਡੇ ਕੋਲ ਲਾਇਆ ਹੀ। ਅਤੇ ਸਾਧ ਸੰਗਤ ਜੀ, ਯੁਧਿਸ਼ਠਿਰ ਜੀਆਂ ਨੇ ਸਾਰਾ ਹਸਤਨਾਪੁਰ ਦੇਖ ਲਿਆ, ਪਰ ਉਹਨਾਂ ਨੂੰ ਕੋਈ ਬੁਰਾ ਨਾ ਮਿਲਿਆ। ਕਹਿੰਦੇ, ਸਾਰੀ ਭਲੇ ਨੇ, ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ। ਮਹਾਰਾਜ ਇੱਕ ਮੈਂ ਹੀ ਮਾੜਾ ਹਾਂ, ਹੋਰ ਤਾਂ ਕੋਈ ਦਿਖਦਾ ਹੀ ਨਹੀਂ ਮਾੜਾ, ਮੈਨੂੰ ਕੋਈ ਮੰਦਾ ਕੋਈ ਮਾੜਾ ਨਹੀਂ ਮਿਲਿਆ। ਭਗਵਾਨ ਬੜੇ ਖੁਸ਼ ਹੋਏ, ਕਹਿਣ ਲੱਗੇ, ਦੇਖ ਲੈ ਦੁਰਯੋਧਨ, ਇਹ ਤੇਰੀ ਭਰਾਤਾ ਦੀ ਜਗ੍ਹਾ ਲੱਗਦੇ ਨੇ, ਪਰ ਇਹ ਧਰਮੀ ਨੇ, ਤੂੰ ਕਪਟੀ ਹੈ, ਤੇਰੇ ਅੰਦਰ ਬੁਰਿਆਈਆਂ ਨੇ, ਤੂੰ ਆਪ ਗੁਨਾਹਾਂ ਦੇ ਨਾਲ ਭਰਿਆ ਹੋਇਆ ਹੈ, ਤੇਰੀ ਬਿਰਤੀ ਇਹੋ ਜਿਹੀ ਹੋ ਗਈ, ਤੈਨੂੰ ਕੋਈ ਚੰਗਾ ਨਹੀਂ ਦਿਖਦਾ, ਤੈਨੂੰ ਕੋਈ ਭਲਾ ਨਹੀਂ ਦਿਖਦਾ, ਤੂੰ ਸਾਰਿਆਂ ਨੂੰ ਹੀ ਬੁਰਾ ਦਿਖਦਾ ਹੈ, ਪਰ ਆਹ ਧਰਮੀ ਇਹਨਾਂ ਨੂੰ ਕੋਈ ਬੁਰਾ ਨਹੀਂ ਦਿਖਦਾ, ਸਾਰੇ ਭਲੇ ਦਿਖਦੇ ਨੇ। ਅੱਜ ਐਸੀ ਸਾਡੀ ਸਾਧ ਸੰਗਤ ਜੀ ਦ੍ਰਿਸ਼ਟੀ ਹੋ ਗਈ ਹੈ, ਸਾਨੂੰ ਕੋਈ ਦਿਖਦਾ ਹੀ ਨਹੀਂ, ਕਹਿੰਦੇ ਕੋਈ ਹੈ ਹੀ ਨਹੀਂ ਇੱਥੇ, ਤਾਂ ਹੁਣ ਤਾਂ ਗੱਲ ਹੀ ਮੁਕਾ ਦਿੰਦੇ ਨੇ। ਕਈ ਬਹੁਤੇ ਪੜ੍ਹੇ ਹੋਏ ਕਹਿੰਦੇ ਕੋਈ ਸਾਧੂ ਹੀ ਨਹੀਂ ਦੁਨੀਆਂ ਦੇ ਉੱਤੇ, ਵੀ ਤੂੰ ਹੀ ਤੂੰ ਹੈ, ਫਿਰ ਤੂੰ ਹੀ ਆਇਆ ਹੋਇਆ, ਕੀ ਅੰਤ ਹੈ ਤੇਰਾ। ਅਤੇ ਸਾਧ ਸੰਗਤ ਜੀ, ਦੁਨੀਆਂ ਭਰ ਦੇ ਨਸ਼ੇ ਅਸੀਂ ਖਾਂਦੇ ਹਾਂ, ਉਹ ਦੁਨੀਆਂ ਦਾ ਕਿਹੜਾ ਨਸ਼ਾ ਜਿਹੜਾ ਕਈਆਂ ਨੇ ਛੱਡਿਆ ਹੋਵੇ। ਕਈ ਬੜੇ ਫਕਰ ਨਾਲ ਜੀ ਸਭ ਕੁਝ ਖਾ ਪੀ ਕੇ ਦੇਖਿਆ, ਬੜੀ ਚਾਵਾਂ ਦੀ ਗੱਲ ਹੈ, ਸਭ ਕੁਝ ਖਾ ਪੀ ਕੇ ਦੇਖ ਲਿਆ। ਕਈ ਤਾਂ ਮਖੌਲ ਕਰਨਗੇ, ਕਹਿਣਗੇ ਧਰਮ ਰਾਜਾ ਵੀ ਕੀ ਕਹੂਗਾ ਵੀ ਕੁਝ ਖਾ ਕੇ ਨਹੀਂ ਦੇਖਿਆ ਤੁਸੀਂ। ਪਤਾ ਲੱਗੂ ਜਦੋਂ ਸਿਰ 'ਚ ਪਿਆ ਸੋਟਾ ਨਾ, ਨਰਕਾਂ ਵਿੱਚ ਛੱਡਿਆ ਕੁੰਭੀ ਨਰਕ ਵਿੱਚ, ਤੂੰ ਤਾਂ ਕਹੇਗਾ ਵੀ ਇਹ ਕੀ ਹੋਇਆ। ਪਾਨ ਸੁਪਾਰੀ ਖਾਤੀਆਂ, ਮੁਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ ਜੰਮ ਪਾਕੜ ਚਲਾਈਆਂ। ਇੱਥੇ ਸਾਧ ਸੰਗਤ ਜੀ, ਸਾਨੂੰ ਕੋਈ ਦਿਖਦਾ ਹੀ ਨਹੀਂ ਰੱਬ ਨਾਲ ਜੋੜਨ ਵਾਲਾ, ਸਿਰਫ ਕਿੰਤੂ ਪ੍ਰੰਤੂ ਹੀ ਕਰਨ ਜੋਗੇ ਰਹਿ ਗਏ, ਤਰੁੱਟੀਆਂ ਹੀ ਦੇਖ ਰਹੇ ਹਾਂ, ਤਰਕਵਾਦੀ ਹੀ ਬਣ ਗਏ, ਤਰਕਾਂ ਹੀ ਬਸ ਭਰਮਾਂ ਦੇ ਵਿੱਚ ਹੀ ਪਏ ਹੋਏ ਹਾਂ। ਜਿਹੜਾ ਬੰਦਾ ਭਰਮ ਵਿੱਚ ਪੈ ਗਿਆ ਉਹ ਕੀ ਲੈ ਲੂਗਾ, ਕੁਛ ਵੀ ਨਹੀਂ ਲੈ ਸਕਦਾ, ਨਾ ਆਹ ਲੋਕ ਨਾ ਪ੍ਰਲੋਕ, ਉਹਦਾ ਤਾਂ ਸਭ ਕੁਝ ਹੀ ਨਿਫਲ ਹੈ, ਕੋਈ ਫਲ ਨਹੀਂ ਲੈ ਸਕਦਾ, ਨਿਫਲ ਜੀਵਨ ਹੈ। ਜੀਵਨ ਤਾਂ ਪਸ਼ੂਆਂ ਦਾ ਵੀ ਲੰਘਦਾ ਹੈ, ਉਹ ਵੀ ਲੰਘਾਈ ਜਾਂਦੇ ਨੇ ਜੀਵਨ, ਆ ਪੰਛੀਆਂ ਦਾ ਵੀ ਜੀਵਨ ਲੰਘੀ ਜਾਂਦਾ, ਚੰਗੇ ਨੇ। ਕੋਈ ਰੱਬ ਤੋਂ ਮੁਨਕਰ ਹੋ ਗਿਆ ਨਾਸਤਕ, ਉਹਦੇ ਨਾਲ ਉਹ ਤਾਂ ਪੰਛੀ ਵੀ ਚੰਗੇ ਨੇ, ਉਹ ਰੱਬ ਦਾ ਨਾਂ ਤਾਂ ਲੈਂਦੇ ਨੇ ਸਾਧ ਸੰਗਤ ਜੀ। ਪਰ ਆਓ ਇੱਥੇ ਰੱਬ ਦੇ ਘਰ 'ਚੋਂ ਆਹੀ ਸਿੱਖਿਆ ਕਿ ਗੁਰੂ ਮਹਾਰਾਜ
ਤੁਸੀਂ ਐਸੀ ਕਿਰਪਾ ਕਰ ਦਿਓ, ਐਸੀ ਬਖਸ਼ਿਸ਼ ਕਰ ਦਿਓ, ਸਾਨੂੰ ਆਪਦੇ ਚਰਨਾਂ ਦੇ ਨਾਲ ਜੋੜ ਲਵੋ ਮਹਾਰਾਜ, ਐਸੀ ਬਖਸ਼ਿਸ਼ ਕਰ ਦਿਓ ਮਹਾਰਾਜ, ਕਿਰਪਾ ਕਰੋ ਮਹਾਰਾਜ, ਬੇਨਤੀਆਂ ਕਰਿਆ ਕਰੋ ਸਤਿਗੁਰਾਂ ਦੇ ਅੱਗੇ, ਮਹਾਰਾਜ ਦਇਆ ਕਰੋ, ਰਹਿਮਤ ਕਰੋ ਸੱਚੇ ਪਾਤਸ਼ਾਹ, ਮੈਨੂੰ ਤੇਰੀ ਯਾਦ ਨਾ ਵਿਸਰੇ, ਤੇਰੇ ਚਰਨਾਂ ਦਾ ਪਿਆਰ ਨਾ ਵਿਸਰੇ ਮਹਾਰਾਜ, ਸਦਾ ਵਾਸਤੇ ਹੀ ਤੇਰੇ ਚਰਨਾਂ ਦੇ ਨਾਲ ਜੁੜੇ ਰਹੀਏ ਗਰੀਬ ਨਿਵਾਜ, ਇਦੋਂ ਵੱਡਾ ਹੋਰ ਕਿਹੜਾ ਸੁੱਖ ਹੈ, ਕਿਹੜਾ ਆਨੰਦ ਹੈ ਜੋ ਗੁਰੂ ਦੇ ਚਰਨਾਂ ਦੀ ਮੌਜ ਹੈ, ਜੋ ਇਹ ਆਨੰਦ ਹੈ ਸਾਧ ਸੰਗਤ ਜੀ ਉਹ ਕਿਤੇ ਨਹੀਂ ਮਿਲ ਸਕਦਾ। ਕਿੰਨੇ ਹੀ ਦੁਨੀਆ ਦੇ ਸੁੱਖ ਦੇਖ ਲਓ, ਪਰ ਸਭ ਤੋਂ ਵੱਡਾ ਸੁੱਖ ਕੀ ਹੈ, ਸਭ ਤੋਂ ਵੱਡਾ ਸੁੱਖ ਗੁਰੂ ਮਹਾਰਾਜ ਦੇ ਚਰਨ, ਗੁਰੂ ਦੇ ਚਰਨਾਂ ਦਾ ਪਿਆਰ ਹੈ। ਜੇ ਸਦਾ ਸੁੱਖ, ਤੂੰ ਵੀ ਕਹਿਣਾ ਮੈਂ ਸਦਾ ਸੁਖੀ ਰਹਾਂ, ਤਾਂ ਮਹਾਰਾਜ ਕੀ ਕਹਿ ਰਹੇ ਨੇ, ਜੇ ਸੁਖ ਸਦਾ ਵਾਸਤੇ ਚਾਹੁਣਾ ਚਰਨ ਰਾਮ ਦੀ ਤੱਕ ਲੈ, ਜੇ ਸੁਖ ਸਦਾ ਵਾਸਤੇ ਚਰਨ ਰਾਮ ਦੀ ਤੱਕ ਲੈ ਜੀ, ਸੁਖਾਂ ਕਾ ਦਾਤਾ ਸਤਿਗੁਰੂ, ਤਾਂ ਕੀ ਸਰਣੀ ਪਾਈਐ ਜੀ, ਤਾਂ ਕੀ ਸਰਣੀ ਪਾਈਐ ਜੀ, ਸਰਬ ਸੁਖਾਂ ਕਾ ਦਾਤਾ ਸਤਿਗੁਰ, ਸਰਬ ਸੁਖਾਂ ਕਾ ਦਾਤਾ ਸਤਿਗੁਰ, ਸਰਬ ਸੁਖਾਂ ਕਾ ਦਾਤਾ ਸਤਿਗੁਰ, ਤਾਂ ਕੀ ਸ਼ਰਣੀ ਪਾਈ ਆ, ਜੇ ਸਾਰੇ ਸੁੱਖ ਲੈਣੇ ਨੇ ਤਾਂ ਗੁਰੂ ਮਹਾਰਾਜ ਦੇ ਸ਼ਰਣੀ ਪੈ ਜਾ, ਇਹਨਾਂ ਦੇ ਚਰਨਾਂ ਤੋਂ ਬਿਨਾਂ ਤੈਨੂੰ ਸੁੱਖ ਨਹੀਂ ਕਿਤੇ ਮਿਲ ਸਕਦਾ, ਭਾਵੇਂ ਰਾਜ ਭੋਗ ਲੈ। ਕਿਤਨੇ ਸੁੱਖ ਦੇਖਦੇ ਹਾਂ ਵੀ ਇਹ ਸੁਖੀ ਨੇ, ਕੋਈ ਵੱਡੇ ਵੱਡੇ ਦੇਖ ਰਹੇ ਹਾਂ ਵੀ ਵੱਡੀ ਦੁਨੀਆ ਪਈ ਆ, ਬੜੇ ਤੋਂ ਬੜੇ ਪਏ ਨੇ, ਪਰ ਮਹਾਰਾਜ ਕਹਿ ਰਹੇ ਨੇ ਵੱਡੇ ਵੱਡੇ ਜੋ ਦੀਸੈ ਰੋਗ ਲੋਕ, ਤਿੰਨ ਕੋ ਵਿਆਪੈ ਚਿੰਤਾ ਰੋਗ, ਬੜੇ ਬੜੇ ਲੋਕ ਦਿਖ ਰਹੇ ਨੇ ਸਾਧ ਸੰਗਤ ਜੀ, ਉਹ ਵੀ ਚਿੰਤਾ ਦੇ ਵਿੱਚ ਸਦਾ ਹੀ, ਵੀ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਮਹਾਰਾਜ ਕਹਿੰਦੇ ਜਿਸ ਗ੍ਰਹਿ ਥੋੜ੍ਹੀ ਸੋ ਫਿਰੈ ਪਰ ਮੰਤਾ, ਦੋ ਹੀ ਵਸਤਾਂ ਨੇ, ਜਿਹਦੇ ਕੋਲ ਬਹੁਤਾ ਧਨ ਆ ਗਿਆ ਉਹ ਵੀ ਚਿੰਤਾ ਵਿੱਚ ਹੈ, ਜਿਹਦੇ ਕੋਲ ਨਹੀਂ ਵਿਚਾਰਾ ਉਹ ਵੀ ਭੱਜਿਆ ਫਿਰਦਾ ਵੀ ਮੈਨੂੰ ਕਿਤੋਂ ਮਿਲ ਜਾਵੇ, ਫਿਰ ਸੁੱਖ ਕਿੱਥੋਂ ਮਿਲ ਸਕਦਾ। ਜੇ ਆਪਾਂ ਸੁੱਖ ਮਾਇਆ ਦੇ ਪਦਾਰਥਾਂ ਵੀ ਸੁੱਖ ਕਹੀਏ, ਤਾਂ ਸਾਧ ਸੰਗਤ ਜੀ ਅੱਜ ਵਿਦੇਸ਼ ਨੇ, ਅਮੈਰੀਕਾ ਹੈ, ਕੈਨੇਡਾ ਹੈ, ਇੰਗਲੈਂਡ ਹੈ, ਆਪਾਂ ਤੋਂ ਬੜੇ ਅੱਗੇ ਨੇ ਉਹ ਲੋਕ, ਉਹਨਾਂ ਕੋਲ ਕਿੰਨੇ ਪਦਾਰਥ ਨੇ, ਕਿੰਨੀ ਮਾਇਆ ਹੈ। ਕਹਿੰਦੇ ਨੇ ਜਿਹੜੇ ਜਾਂਦੇ ਨੇ ਸਾਧ ਸੰਗਤ ਜੀ ਉੱਧਰ, ਉਹ ਕਹਿ ਰਹੇ ਨੇ ਵੀ ਕਿੰਨੇ ਪਦਾਰਥ, ਸਭ ਸਹੂਲਤਾਂ ਦੁਨੀਆ ਭਰ ਦੀਆਂ ਉਹਨਾਂ ਲੋਕਾਂ ਕੋਲ ਨੇ, ਪਰ ਫਿਰ ਵੀ 100 ਚੋਂ ਸਾਧ ਸੰਗਤ ਜੀ 98 ਲੋਕ ਦੁਖੀ ਨੇ ਉੱਥੇ, ਬਸ 1-2 ਹੀ ਸੁਖੀ ਨੇ 100 ਦੇ ਵਿੱਚੋਂ। ਫਿਰ ਇਹ ਪਦਾਰਥਾਂ ਵੀ ਸੁੱਖ ਕਿਵੇਂ ਹੋ ਸਕਦਾ, ਧਨ ਦੌਲਤਾਂ ਵੀ ਸੁੱਖ ਕਿਵੇਂ ਹੋ ਸਕਦਾ। ਸੁੱਖ ਤਾਂ ਪਰਮੇਸ਼ੁਰ ਦੇ ਚਰਨਾਂ ਵਿੱਚ ਹੈ, ਗੁਰੂ ਦੇ ਚਰਨਾਂ ਵੀ ਜੋ ਸੁੱਖ ਹੈ ਉਹ ਸੁੱਖ ਸਾਧ ਸੰਗਤ ਜੀ ਕਿਤੇ ਹੋਰ ਨਹੀਂ ਪ੍ਰਾਪਤ ਹੋ ਸਕਦਾ।
ਪਰ ਜੇ ਤਰਕਾਂ ਹੀ ਕਰਨੀਆਂ ਨੇ ਭਰਮਾਂ ਵਿੱਚ ਹੀ ਪੈਣਾ, ਫਿਰ ਅਸੀਂ ਕੋਈ ਸੁੱਖ ਆਨੰਦ ਨਹੀਂ ਲੈ ਸਕਦੇ। ਇੱਥੇ ਤਾਂ ਆਪਣਾ ਆਪ ਨਿਸ਼ਾਵਰ ਕਰਨਾ ਪਵੇਗਾ, ਮਿਟਾ ਦੇ ਆਪਣੀ ਹਸਤੀ, ਤੂੰ ਵੀ ਹੈ ਕੁਛ। ਜੇ ਇੱਥੇ ਕਹਿਣ ਲੱਗ ਗਿਆ ਵੀ ਮੈਂ ਹੀ ਮੈਂ ਹਾਂ, ਇਹੋ ਜਿਹੇ ਲੋਕਾਂ ਨੂੰ ਕੁਛ ਨਹੀਂ ਮਿਲਦਾ, ਕਿਸੇ ਦੇ ਲੜ ਲੱਗ ਜਾ, ਕਿਸੇ ਦਾ ਬਣ ਜਾ, ਕਿਸੇ ਨੂੰ ਆਪਦਾ ਬਣਾ ਲਾ, ਫਿਰ ਉੱਥੇ ਵਾਧਾ ਘਾਟਾ ਨਾ ਦੇਖੀ ਜਾ। ਫਿਰ ਤੂੰ ਐਂ ਉਹਨਾਂ ਤੋਲੀ ਨਾ ਜਾ ਵੀ ਇੱਥੇ ਵਾਧਾ ਕੀ ਹੈ ਘਾਟਾ ਕੀ ਹੈ, ਫਿਰ ਤਾਂ ਵਾਧਾ ਘਾਟਾ ਦੇ ਵਿੱਚ ਹੀ ਜੀਵਨ ਲੰਘ ਜਾਵੇਗਾ। ਉੱਥੇ ਤਾਂ ਆਪਣਾ ਆਪ ਮਿਟਾ ਦੇ ਆਪਣੀ ਹਸਤੀ, ਅਗਰ ਕਿਸ ਮਰਤਬਾ ਚਾਹੇ ਕਿ ਦਾਣਾ ਖਾਕ ਮੇ ਮਿਲ ਕਰ ਗੁਲੇ ਗੁਲਜ਼ਾਰ ਬਣਤਾ ਹੈ। ਆਪ ਗਵਾਈਏ ਤਾਂ ਸਹੁ ਪਾਈਏ, ਔਰ ਕੈਸੀ ਚਤੁਰਾਈ। ਜੇ ਚਤੁਰਾਈਆਂ ਕਰੇਗਾ ਰੱਬ ਤਾਂ ਨਹੀਂ ਮਿਲ ਸਕਦਾ, ਰੱਬ ਤਾਂ ਸਾਧ ਸੰਗਤ ਜੀ ਆਪਣਾ ਆਪ ਗਵਾ ਕੇ ਮਿਲਦਾ ਹੈ, ਪ੍ਰੇਮ ਵਿੱਚ ਰੱਬ ਰੀਝਦਾ ਹੈ। ਪਹਿਲਾਂ ਵੀ ਇਹੀ ਸ਼ਬਦ ਪੜ੍ਹਿਆ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਚਨ ਕੀਤਾ, ਸੰਮਣ ਜਾਓ ਇਸ ਪ੍ਰੇਮ ਕੀ। ਜਿਹੜਾ ਪ੍ਰੇਮ ਹੈ ਨਾ, ਜੇ ਪ੍ਰੇਮ ਵੀ ਕਿਤੇ ਮੁੱਲ ਵਾਲੀ ਗੱਲ ਹੁੰਦੀ ਵੀ ਮੈਂ ਵੀ ਕੀਮਤ ਦੇ ਕੇ ਕੋਈ ਪੈਸੇ ਦੇ ਕੇ ਰੱਬ ਨੂੰ ਖਰੀਦ ਲਵਾਂ, ਰੱਬ ਦੀ ਬਖਸ਼ਿਸ਼ ਲੈ ਲਵਾਂ, ਨਹੀਂ ਹੋ ਸਕਦਾ। ਉੱਥੇ ਮਹਾਰਾਜ ਨੇ ਵਚਨ ਕੀਤਾ, ਜੇ ਰੱਬ ਮੁੱਲ ਵਿਕਦਾ ਹੁੰਦਾ ਤਾਂ ਰੌਣ ਕੋਈ ਕੰਗਾਲ ਨਹੀਂ ਸੀ, ਉਹਦੇ ਕੋਲ ਸੋਨੇ ਦੀ ਲੰਕਾ ਦਾ ਮਾਲਕ, ਅੱਜ ਆਪਣੇ ਘਰ ਵੀ ਸੋਨੇ ਹੋਣਗੇ, ਤੋਲਿਆਂ ਦੇ ਹਿਸਾਬ ਨਾਲ ਸੋਨਾ ਵਿਕਦਾ ਹੈ, ਇੰਨੇ ਤੋਲਿਆ ਸੋਨਾ, ਇੰਨੇ ਗਹਿਣੇ, ਕਿਤਨਾ ਕੁ ਸੋਨਾ ਹੋਵੇਗਾ। ਇੱਥੇ ਕੰਧਾਂ ਵੀ ਸੋਨੇ ਦੀਆਂ ਸੀ, ਲੰਕਾ ਗੜ੍ਹ ਸੋਨੇ ਕਾ ਪਿਆ, ਸਾਰਾ ਗੜ੍ਹ ਕਿਲ੍ਹੇ ਨੂੰ ਕਹਿੰਦੇ ਨੇ, ਸਾਰੀ ਲੰਕਾ ਸਾਹਿਬ ਸੰਗਤ ਜੀ ਸੋਨੇ ਦੀ ਹੋਵੇ, ਉਹਦਾ ਮਾਲਕ ਕੌਣ ਸੀ? ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਿਕਾਈ, ਉਹਦਾ ਅਧਿਕਾਈ ਉਹਦਾ ਮਾਲਕ ਰੌਣ ਸੀ। ਸਾਧ ਸੰਗਤ ਜੀ ਇੱਥੇ ਉਹਨਾਂ ਨੂੰ ਰੱਬ ਨਹੀਂ ਮਿਲਿਆ, ਜੇ ਮੁੱਲ ਵਿਕਦਾ ਹੁੰਦਾ ਤਾਂ ਰੱਬ ਉਹ ਖਰੀਦ ਲੈਂਦੇ। ਕਿਉਂ? ਸਿਰ ਵੰਡ ਕੇ ਆਪਦੇ ਹਵਨ ਕੁੰਡ ਵਿੱਚ ਪਾਉਂਦਾ ਰਾਵਣ। ਭਗਵਾਨ ਮਿਲਦਾ ਤਾਂ ਪ੍ਰੇਮ ਦੇ ਬਦਲੇ ਮਿਲਦਾ ਹੈ। ਭਗਤ ਕਬੀਰ ਜੀਆਂ ਨੂੰ ਵੀ ਕਿਸੇ ਸੇਠ ਨੇ ਕਿਹਾ ਸੀ, ਆ ਕੇ ਸੋਨਾ ਚੱਕੀ ਫਿਰਦਾ ਸੀ, ਕਹਿੰਦਾ ਮਹਾਰਾਜ ਜੀ ਸੋਨਾ ਲੈ ਲਓ, ਭਾਵੇਂ ਰੱਬ ਨੂੰ ਬਰਾਬਰ ਤੋਲ ਦਿਉ, ਸੋਨਾ ਬਰਾਬਰ ਤੋਲ ਦਿੰਦਾ, ਵੀ ਮੈਨੂੰ ਰੱਬ ਬਣਾ ਦਿਉ। ਕਬੀਰ ਸਾਹਿਬ ਜੀ ਕਹਿੰਦੇ ਨਹੀਂ, ਉਹ ਕਾਂਚਨ ਸੋਨਾ, ਇਹ ਸੋਨਾ ਤੇਰਾ ਇੱਥੇ ਪਦਾਰਥ ਇਹਦਾ ਕੋਈ ਮੁੱਲ ਹੋਵੇਗਾ, ਪਰ ਰੱਬ ਦੀ ਨਿਗਾਹ ਵਿੱਚ ਇਹਦੀ ਕੋਈ ਕੀਮਤ ਨਹੀਂ, ਸੋਨੇ ਦੇ ਬਰਾਬਰ ਨਹੀਂ। ਰੱਬ ਤਾਂ ਆਪਦੇ ਮਨ ਨੂੰ ਵੇਚ ਕੇ ਮਿਲਦਾ ਹੈ। ਆ ਮਨ ਅਰਪਣ ਕਰਦੇ ਗੁਰੂ ਦੇ ਅੱਗੇ, ਗੁਰੂ ਮਹਾਰਾਜ ਅੱਗੇ ਸਾਡੇ ਕੋਲ ਕੀ ਆ ਦੇਣ ਵਾਸਤੇ, ਕੀ ਦੇ ਸਕਦਾ? ਤਾਂ ਦਰ ਦੇ ਮੰਗਦੇ ਹਾਂ, ਕਈ ਵਾਰ ਸਾਨ ਕਰਨ ਲੱਗ ਜਾਂਦੇ ਹਾਂ, ਮੈਂ ਦਾਨ ਕੀਤਾ, ਮੈਂ ਆਹ ਕੀਤਾ। ਉਹਨਾਂ ਨੂੰ ਤਾਂ ਕਹਿ ਦਿੱਤਾ ਮਹਾਰਾਜਿਆਂ ਨੇ, ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇਹ ਬਲ ਜਾਤ ਦੇ ਜਿਉਂ ਕੁੰਚਰ ਇਸ਼ਨਾਨ। ਇੱਥੇ ਸਾਧ ਸੰਗਤ ਜੀ ਅੱਗੇ ਤਾਂ ਆਉਂਦਾ ਸੀ ਵੀ ਸਰੀਰ ਛੱਡ ਗਿਆ, ਉਹਦਾ ਪੱਥਰ ਲਾਉਂਦਾ ਜਿਉਂਦੇ ਹੀ ਪੱਥਰ ਲਵਾਈ ਜਾਂਦੇ ਨੇ। ਕਹਿੰਦੇ ਸਾਡਾ ਪੱਥਰ ਨਾ ਲੱਗਿਆ ਤਾਂ ਡਾਂਗ ਚੱਲਣ ਦਾ ਉੱਥੇ ਡਰ ਹੁੰਦਾ ਵੀ ਕਿਤੇ ਹੋਰ ਨਾ ਕਿਸੇ ਪਾਸੇ। ਸਾਧ ਸੰਗਤ ਜੀ 100 ਰੁਪਈਆ ਕੀ ਦੇਤਾ, ਪ੍ਰਬੰਧਕਾਂ ਨੂੰ ਬਿਪਤਾ 'ਚ ਪਾ ਦਿੰਦੇ ਹਾਂ ਵੀ ਮੇਰਾ ਨਾਂ ਨਹੀਂ ਬੋਲਿਆ, ਵੀ ਤੁਸੀਂ ਤੁਹਾਨੂੰ ਪਤਾ ਨਹੀਂ ਮੈਂ 100 ਰੁਪਈਆ ਦਿੱਤਾ। ਅਤੇ ਸਾਧ ਸੰਗਤ ਜੀ ਇੱਧਰ ਆਪਣਾ ਵੀ ਇਹ ਮਾਣ ਆ ਗਿਆ, ਹੰਕਾਰ ਆ ਗਿਆ, ਉਹ ਵਿਅਰਥ ਚੱਲਿਆ ਗਿਆ, ਉਹਦਾ ਕੋਈ ਲਾਹਾ ਨਹੀਂ ਮਿਲ ਸਕਦਾ। ਸਾਧ ਸੰਗਤ ਜੀ ਪੁੰਨ ਦਾਨ ਤਾਂ ਉਹ ਹੈ ਜੋ ਗੁਪਤ ਹੋ ਜਾਵੇ ਮਹਾਰਾਜ ਦੇ ਚਰਨਾਂ ਵਿੱਚ। ਅਸੀਂ ਭੇਟਾ ਅਸੀਂ ਦੇ ਕੀ ਸਕਦੇ, ਦਰ ਦੇ ਤਾਂ ਮੰਗਦੇ ਹਾਂ ਅਸੀਂ, ਭਿਖਾਰੀ ਹਾਂ। ਇਹ ਦਰ ਨੂੰ ਇਹ ਰੱਬ ਨੂੰ ਕੀ ਦੇ ਸਕਦੇ ਹਾਂ ਅਸੀਂ? ਸਾਧ ਸੰਗਤ ਜੀ ਇਹ ਤਾਂ ਸ਼ਰਧਾ ਦੇ ਨਾਲ ਭਿਟਾਵਾਂ, ਮਹਾਰਾਜ ਪ੍ਰਵਾਨ ਕਰੋ, ਰਹਿਮਤ ਕਰੋ, ਸਤਿਗੁਰੂ ਜੀ ਸਾਡੇ 'ਤੇ ਦਇਆ ਕਰੋ। ਇਹ ਤਾਂ ਸਤਿਗੁਰੂ ਪ੍ਰੇਮ ਦੇਖਦਾ ਹੈ, ਪ੍ਰੇਮ ਵਸ ਹੋ ਕੇ ਰੱਬ ਰੀਝਦਾ ਹੈ। ਸਾਧ ਸੰਗਤ ਜੀ ਹੁਣ ਗੁਰੂ ਮਹਾਰਾਜ ਨੂੰ ਦੇਣ ਵਾਸਤੇ ਸਾਡੇ ਕੋਲ ਕੀ ਹੈ? ਬਸ ਇੱਕੋ ਹੀ ਵਸਤੂ ਹੈ, ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਇਹ ਤੇਰੇ ਕੋਲ ਹੈ ਨਾ ਤੇਰਾ ਮਨ, ਆ ਜੇ ਗੁਰੂ ਮਹਾਰਾਜ ਅੱਗੇ ਅਰਪਣ ਹੀ ਕਰਨਾ ਹੈ। ਜੇ ਤੂੰ ਇੱਥੇ ਸੌਦੇ 'ਤੇ ਆ ਹੀ ਗਿਆ ਵੀ ਮੈਂ ਰੱਬ ਦੇ ਨਾਲ ਕੋਈ ਵਿਚਾਰ ਕਰਾਂ, ਮੇਰੀ ਵੀ ਰੱਬ ਅੱਗੇ ਮੈਂ ਸਵਾਲ ਬਣ ਜਾਵਾਂ, ਜਵਾਬ ਤਾਂ ਮਿਲੂਗਾ ਹੀ, ਜੇ ਪ੍ਰਸ਼ਨ ਕਰਾਂਗੇ ਉੱਤਰ ਮਿਲੂਗਾ। ਮਹਾਰਾਜ ਦੇ ਅੱਗੇ ਜੇ ਅਰਪਣ ਕਰਨਾ ਹੈ, ਭੇਟਾ ਕਰਨਾ ਹੈ, ਗੁਰੂ ਮਹਾਰਾਜ ਜੀ ਇਉਂ ਵਚਨ ਕਰਦੇ ਨੇ, ਉਹ ਵੇਚੇ ਸਤਿਗੁਰ ਪਾਸ ਜੇ ਮਨ, ਵੇਚੇ ਸਿੱਖ ਮਨ, ਵੇਚੇ ਵੇਚੇ ਸਤਿਗੁਰ ਪਾਸ ਜੇ ਮਨ, ਵੇਚੇ ਸਿੱਖ ਮਨ, ਵੇਚੇ ਸਤਿਗੁਰ ਪਾਸ ਜੇ ਮਨ, ਸਿੱਖ ਵੇਚੇ ਸਤਿਗੁਰ ਪਾਸ ਜੇ ਮਨ, ਵੇਚੇ ਵੇਚੇ ਸਤਿਗੁਰ।
ਜੇ ਸੇਵਕ ਨੇ ਆਪਦਾ ਮਨ ਗੁਰੂ ਦੇ ਅੱਗੇ ਅਰਪਣ ਕਰ ਦਿੱਤਾ, ਗੁਰੂ ਪਰਮੇਸ਼ਰ ਸਾਧ ਸੰਗਤ ਉਹਨਾਂ ਦੇ ਕਾਰਜ ਆਪ ਸਵਾਰਦਾ ਹੈ, ਉਹਨਾਂ ਦੇ ਕਾਰਜਾਂ ਵਿੱਚ ਵਾਹਿਗੁਰੂ ਆਪ ਸਹਾਈ ਹੁੰਦਾ। ਕੱਲ੍ਹ ਸੁਣਿਆ ਹੀ ਸੀ ਭਗਤ ਕਬੀਰ ਜੀਆਂ ਦੇ ਕਿਵੇਂ ਕਾਰਜ ਸਵਾਰੇ ਨੇ, ਭਗਤ ਧੰਨਾ ਜੀਆਂ ਦੇ, ਭਗਤ ਨਾਮਦੇਵ ਜੀਆਂ ਦੇ, ਕਿਤਨੇ ਭਗਤਾਂ ਦਾ ਜੀਵਨ ਆਉਂਦਾ ਹੈ। ਪਰਮੇਸ਼ਰ ਨੇ ਆਪ ਆਪਦੇ ਸੇਵਕਾਂ ਦੇ ਕਾਰਜ ਸਵਾਰੇ ਸੀ। ਜਦੋਂ ਹਰਿਮੰਦਰ ਸਾਹਿਬ ਦੀ ਰਚਨਾ ਵੀ ਰਚੀ ਸੀ ਨਾ ਮਹਾਰਾਜ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਆ ਹਰਿਮੰਦਰ ਸਾਹਿਬ ਰਚਨਾ ਰਚੀ, ਸਾਈਂ ਮੀਆਂ ਮੀਰ ਜੀ ਜਿਹੜੇ ਮਹਾਰਾਜ ਜੀਆਂ ਦਾ ਪਿਆਰ ਸੀ, ਸਤਿਗੁਰਾਂ ਨੇ ਉਹਨਾਂ ਤੋਂ ਨੀਂਹ ਪੱਥਰ ਰਖਾਇਆ ਹਰਿਮੰਦਰ ਸਾਹਿਬ ਦਾ। ਜਦੋਂ ਕਾਰ ਸੇਵਾ ਆਰੰਭ ਹੋ ਗਈ, ਸੰਗਤਾਂ ਜਿੱਥੇ ਬਾਬਾ ਬੁੱਢਾ ਜੀ ਜੈਸੇ ਬ੍ਰਹਮ ਗਿਆਨੀ ਮਹਾਂਪੁਰਖ ਭਾਈ ਗੁਰਦਾਸ ਜੀ, ਭਾਈ ਪੈੜਾ ਜੀ, ਭਾਈ ਮੋਖਾ ਜੀਆਂ ਦਾ ਨਾਂ ਆਉਂਦਾ, ਅਤੇ ਭਾਈ ਕਲਿਆਣਾ ਜੀ, ਭਾਈ ਮਾਧੋ ਦਾਸ ਜੀ, ਹੋਰ ਕਿਤਨੇ ਨਾਮ ਆਉਂਦੇ ਨੇ ਮਹਾਰਾਜ ਦੇ ਚਰਨਾਂ ਵਿੱਚ ਰਹਿਣ ਵਾਲੇ ਭਾਈ ਹਰਿਆਂ ਜੀ, ਕਿਤਨੇ ਸਤਿਪੁਰਸ਼ ਹੋਏ ਗੁਰਮੁਖ ਜਨ, ਜਿਨ੍ਹਾਂ ਵਿੱਚੋਂ ਭਾਈ ਅਦਲੀ ਜੀਆਂ ਦਾ ਵੀ ਨਾਮ ਆਉਂਦਾ ਹੈ, ਬ੍ਰਹਮ ਗਿਆਨੀ ਮਹਾਂਪੁਰਖ ਨੇ ਸਾਰੇ ਜੋ ਮਹਾਰਾਜ ਦੇ ਚਰਨਾਂ ਵਿੱਚ ਸੇਵਾ ਕਰਦੇ ਹੁੰਦੇ ਸਾਧ ਸੰਗਤ ਜੀ, ਹੋਰ ਕਿਤਨੇ ਸਤਿਪੁਰਸ਼ ਜਿਹੜੇ ਮਹਾਰਾਜ ਅੱਗੇ ਜੋ ਗੁਰਬਾਣੀ ਉਚਾਰਨ ਕੀਤੇ, ਕਿੰਨੇ ਗੁਰਮੁਖ ਬੇਨਤੀਆਂ ਕਰਦੇ ਹੁੰਦੇ ਸੀ। ਜੇ ਕਿਹਾ ਸੀ ਮਹਾਰਾਜ ਕਿਵੇਂ ਸੰਸਾਰ ਸਮੁੰਦਰ ਤੋਂ ਤਰਿਆ ਜਾਵੇ, ਤਾਂ ਮਹਾਰਾਜ ਨੇ ਕੀ ਵਚਨ ਕੀਤਾ ਸੀ? ਉੱਥੇ ਵਚਨ ਕੀਤਾ ਸੀ, ਸੰਤੋ ਸਾਗਰ ਪਾਰ ਉਤਰੀਏ। ਤੁਸੀਂ ਵਚਨ ਕੀਤਾ ਵੀ ਕਿਵੇਂ ਪਾਰ ਉਤਰਿਆ ਜਾਵੇ ਭਵ ਸਾਗਰ ਤੋਂ, ਤਾਂ ਅੱਗੇ ਮਹਾਰਾਜ ਨੇ ਵਚਨ ਕਰ ਦਿੱਤਾ, ਜੇ ਕੋ ਵਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ। ਹਰਿਮੰਦਰ ਸਾਹਿਬ ਦੀ ਸੇਵਾ ਚੱਲ ਰਹੀ ਹੈ, ਉੱਥੇ ਸਾਧ ਸੰਗਤ ਜੀ ਆ ਸੰਗਤਾਂ ਨੇ ਤਾਂ ਸੇਵਾ ਕਰਨੀ ਹੋਈ ਸੀ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦੁੱਖ ਪੰਜਣੀ ਵੇਰੀ ਹੈ, ਉਹਦੇ ਨਾਲ ਹੀ 68 ਤੀਰਥ ਵਾਲਾ ਥੜਾ ਸਾਹਿਬ ਹੈ, ਉੱਥੇ ਬੈਠੇ ਸੇਵਾ ਕਰਾਉਂਦੇ ਹੁੰਦੇ ਮਹਾਰਾਜ ਆਪ ਬੈਠੇ ਹੁੰਦੇ। ਸੰਗਤਾਂ ਨੂੰ ਚਾਅ ਹੁੰਦਾ ਵੀ ਮਹਾਰਾਜ ਸਾਨੂੰ ਇਉਂ ਦੇਖ ਰਹੇ ਨੇ, ਆਪਦੇ ਇਉਂ ਨੇਤਰਾਂ ਦੁਆਰਾ ਅਸੀਂ ਮਹਾਰਾਜ ਦੇ ਸਨਮੁੱਖਾਂ ਸੇਵਾ ਕਰ ਰਹੇ ਹਾਂ, ਚਾਵਾਂ ਦੇ ਨਾਲ ਸੇਵਾ ਕਰਨੀ। ਉੱਥੇ ਮਹਾਰਾਜ ਜੀ ਕੀ ਦੇਖਦੇ ਨੇ? ਸੰਗਤਾਂ ਦੇਖ ਰਹੀਆਂ ਨੇ, ਕਈ ਐਸੇ ਗੁਰਮੁਖ ਸੇਵਾ ਕਰ ਰਹੇ ਨੇ ਜਿਨ੍ਹਾਂ ਨੂੰ ਕੋਈ ਜਾਣਦਾ ਹੀ ਨਹੀਂ ਵੀ ਕਿੱਥੋਂ ਆਏ ਨੇ। ਪਤਾ ਹੀ ਹੁੰਦਾ ਵੀ ਸਾਡਾ ਫਲਾਨਾ ਪਿੰਡ ਹੈ, ਉਸ ਪਿੰਡ ਦੇ ਹੋਣਗੇ, ਮਾਝੇ ਦੇ ਹੋਣਗੇ, ਦੁਆਬੇ ਦੇ ਜਾਂ ਮਾਲਵੇ ਦੇ। ਕਿੱਥੇ ਤੱਕ ਸੰਗਤਾਂ ਆਉਂਦੀਆਂ, ਕਾਬਲ ਕੰਧਾਰ ਕਿੱਥੇ ਤੱਕ, ਉੱਥੋਂ ਵੀ ਚੱਲ ਚੱਲ ਕੇ ਸੰਗਤਾਂ ਸੇਵਾ ਨੂੰ ਆਉਂਦੀਆਂ, ਦੂਰੋਂ ਦੂਰੋਂ ਸੰਗਤਾਂ। ਪਰ ਆਹ ਜਿਹੜੇ ਲੱਗੇ ਹੋਏ ਨੇ ਸੇਵਾ ਕਰ, ਇਹਨਾਂ ਨੂੰ ਜਾਣਦਾ ਨਹੀਂ ਕੋਈ। ਮਹਾਰਾਜ ਨੂੰ ਬੇਨਤੀ ਕਰੀ, ਮਹਾਰਾਜ ਕੌਣ ਨੇ, ਇਹ ਸੇਵਾ ਕਰਨ ਵਾਲੇ ਕੌਣ ਨੇ? ਗੁਰੂ ਮਹਾਰਾਜ ਜੀ ਕਹਿਣ ਲੱਗੇ, ਵਿਸ਼ਨੂੰ ਭਗਵਾਨ ਜੀ ਆਪ ਸੇਵਾ ਕਰ ਰਹੇ ਨੇ। ਇੱਕ ਦੇਵਤੇ ਸਰੂਪ ਦੇ ਵਿੱਚ, ਮਨੁੱਖਾ ਜੀਵਨ ਵਿੱਚ ਆ ਕੇ ਭਗਵਾਨ ਵਿਸ਼ਨੂੰ ਜੀ ਆ ਗਏ, ਤਾਂ ਇਹਨਾਂ ਦੇ ਨਾਲ ਸਾਰੇ ਦੇਵਤੇ ਵੀ ਸਵਰਗਾਂ ਨੂੰ ਛੱਡ ਕੇ ਇੱਥੇ ਆ ਗਏ ਨੇ। ਆ ਭਾਈ ਇਹ ਸਾਰੇ ਦੇਵਤੇ ਨੇ, ਭਗਵਾਨ ਆਪ ਆਪਦੇ ਹੱਥਾਂ ਦੇ ਨਾਲ ਹਰਿਮੰਦਰ ਸਾਹਿਬ ਦੀ ਸੇਵਾ ਕਰੀ ਸਾਧ ਸੰਗਤ ਜੀ। ਇੱਥੇ ਹੀ ਮਹਾਰਾਜ ਨੇ ਵਚਨ ਕੀਤਾ ਸੀ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸਾਧ ਸੰਗਤ ਜੀ ਆਪਣਿਆਂ ਦੇ ਆਪ ਮਹਾਰਾਜ ਕਾਰਜ ਸਵਾਰਦੇ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਤਾਂ ਆਪ ਪਰਮੇਸ਼ਰ ਨੇ। ਰੱਬ ਨੇ ਜਿਸ ਵੀ ਸੇਵਕ ਨੇ ਆਪਦਾ ਮਨ ਗੁਰੂ ਦੇ ਅੱਗੇ ਅਰਪਣ ਕਰ ਦਿੱਤਾ, ਅੱਜ ਵੀ ਇਸ ਸਮੇਂ 'ਤੇ ਵੀ ਉਹ ਗੁਰੂ ਆਪਦੇ ਸੇਵਕ ਨੂੰ, ਸਾਧ ਸੰਗਤ ਜੀ ਵੀ ਗੁਰ ਕਾ ਸੇਵਕ ਨਰਕ ਨਾ ਜਾਏ। ਜੇ ਕੋਈ ਗੁਰੂ ਦਾ ਸੇਵਕ ਹੋਵੇਗਾ ਉਹ ਨਰਕਾਂ 'ਚ ਨਹੀਂ ਜਾਵੇਗਾ, ਮਹਾਰਾਜ ਕਹਿੰਦੇ। ਕੋਈ ਗੁਰੂ ਦਾ ਸੇਵਕ ਬਣ ਜਾਵੇਗਾ ਉਹ ਜਮਾਂ ਦੀਆਂ ਮਾਰਾਂ ਨਹੀਂ ਖਾਵੇਗਾ। ਜਿਹੜਾ ਗੁਰੂ ਦਾ ਸੇਵਕ ਬਣ ਗਿਆ ਉਹਦਾ ਆਵਾਗਮਨ ਖਤਮ ਹੋ ਗਿਆ, ਜਨਮ ਮਰਨ ਸਾਧ ਸੰਗਤ ਉੱਥੇ ਨਾ ਜਨਮ ਹੈ ਨਾ ਮਰਨ ਹੈ, ਜੀਵਨ ਮੁਕਤ ਹੈ। ਹਰ ਇੱਕ ਸੋਗ ਜਾ ਕੇ ਨਹੀਂ, ਵੈਰੀ ਮੀਤ ਸਮਾਨ ਕਹੋ ਨਾਨਕ ਸੁਣ ਰੇ ਮਨਾ, ਮੁਕਤ ਤਾਹੇ ਤੈ ਜਾਣੋ ਜੀਵਨ ਮੁਕਤ ਹੈ। ਕੋਈ ਖੁਸ਼ੀ ਗਮੀ ਦਾ ਫਰਕ ਨਹੀਂ ਰਹਿੰਦਾ, ਆਪਣੇ ਪਰਾਏ ਦਾ ਕੋਈ ਫਰਕ ਨਹੀਂ। ਪਰ ਇੱਥੇ ਸਾਧ ਸੰਗਤ, ਇੱਥੇ ਮੈਂ ਵਿਚਾਰ ਆਪਾਂ ਇਸ ਗੱਲ 'ਤੇ ਵੀ, ਮੇਰੇ ਹਰ ਜੀਓ ਸਭ ਕੋ ਤੇਰਾ ਵਸ, ਹੇ ਰੱਬ ਹੇ ਪਰਮਾਤਮਾ ਹੇ ਵਾਹਿਗੁਰੂ, ਸਭ ਜੀਵ ਤੇਰੇ ਚਲਾਏ ਹੀ ਚੱਲਦੇ ਨੇ, ਹਰ ਕੋਈ ਤੇਰੀ ਰਜ਼ਾ ਦੇ ਵਿੱਚ ਹੈ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਕੋਈ ਗੁਰੂ ਦੇ ਹੁਕਮ ਤੋਂ ਬਾਹਰੇ ਤਾਂ ਨਹੀਂ ਸਾਧ ਸੰਗਤ ਜੀ, ਹਰ ਕੋਈ ਪਰਮੇਸ਼ੁਰ ਦੀ ਰਜ਼ਾ ਦੇ ਵਿੱਚ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹੀ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਹੁਕਮ ਪਰਮੇਸ਼ੁਰ ਦੀ ਰਜ਼ਾ ਦੇ ਵਿੱਚ। ਇੱਥੇ ਸਭ ਤਰਕਵਾਦੀਆਂ ਵਾਸਤੇ ਆ ਜਾਂਦਾ, ਜਿਹੜੇ ਸ਼ੰਕਾਵਾਦੀ ਲੋਕ ਨੇ, ਬਹੁਤੇ ਪੜ੍ਹ ਕੇ ਹੜ ਜਾਂਦੇ ਨੇ, ਜਿਹੜੇ ਲੋਕ ਪੜ੍ਹਿਆ ਹੋਵੇ ਗੁਨਾਹਗਾਰ, ਜਿੱਤ ਲੱਭ ਲੋਭ ਅਹੰਕਾਰ ਆ, ਜਿਹੜੇ ਪੜ੍ਹਾਈ ਕਰਕੇ ਹੰਕਾਰੀ ਬਣ ਜਾਂਦੇ ਨੇ ਸਾਧ ਸੰਗਤ ਜੀ, ਹੰਕਾਰ ਦੇ ਵਿੱਚ ਨੇ, ਫਿਰ ਉਹਨਾਂ ਨੂੰ ਮਹਾਰਾਜ ਨੇ ਗੁਨਾਹਗਾਰ ਕਿਹਾ ਹੈ।
ਉਹ ਗੁਨਾਹਗਾਰ ਬਣ ਜਾਂਦੇ ਨੇ। ਇੱਥੇ ਮਹਾਰਾਜ ਨੇ ਬਚਨ ਕੀਤਾ ਹੈ ਵੀ ਜੇ ਤਾਂ ਪੜ੍ਹਿਆ ਤੇ ਤਾਂ ਕੜਿਆ, ਵੀ ਇਹ ਵੀ ਬਚਨ ਆਉਂਦਾ ਵੀ ਪੜ੍ਹ ਪੜ੍ਹ ਕੇ ਸਾਧ ਸੰਗ ਪੜ੍ਹੇ ਕਾਹਦੇ ਬਹੁਤੇ, ਪੜ੍ਹ ਕੇ ਕੁਝ ਬਣਨਾ ਤਾਂ ਕੀ ਸੀ, ਕਈ ਤਾਂ ਪੜ੍ਹ ਕੇ ਹੜ ਜਾਂਦੇ ਨੇ ਸਾਧ ਸੰਗਤ ਜੀ। ਉਹਨਾਂ ਨੂੰ ਕਹਿੰਦੇ ਲੈ ਆਹ ਕਿਹੜੀਆਂ ਗੱਲਾਂ ਨੇ ਅਸੀਂ ਜੋ ਗੱਲਾਂ ਸੁਣਦਾ ਤਾਂ ਅਸੀਂ ਕਿਤਾਬਾਂ ਵਿੱਚ ਪੜ੍ਹਦੇ ਹੀ ਰਹੇ ਹਾਂ, ਇਹ ਤਾਂ ਪੜ੍ਹਾਈਆਂ ਕੀਤੀਆਂ ਨੇ, ਸਾਡੇ ਜਿੰਨਾ ਪੜ੍ਹਾਈ ਕਿਹਦੀ ਕੀਤੀ ਹੋਵੇਗੀ। ਅਸੀਂ ਪੜ੍ਹੇ ਹੋਏ ਹਾਂ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਥ। ਜਿਹੜੇ ਬਹੁਤੀਆਂ ਪੜ੍ਹਾਈਆਂ ਪੜ੍ਹਨ ਵਾਲੇ ਨੇ, ਮਹਾਰਾਜ ਕਹਿੰਦੇ ਦਰਗਾਹ ਦੇ ਵਿੱਚ ਤਾਂ ਸਿਰਫ ਇੱਕੋ ਹੀ ਗੱਲ ਲੇਖੇ ਵਿੱਚ ਹੈ, ਉਹ ਪਰਮੇਸ਼ਰ ਦਾ ਨਾਮ ਹੈ, ਉਹਦੀ ਯਾਦ ਵੀ ਜੁੜਨਾ ਹੀ ਲੇਖੇ ਵਿੱਚ ਹੈ। ਇਸ ਤੋਂ ਬਿਨਾਂ ਜਿੰਨੇ ਵੀ ਕਾਜ ਕਰੀ ਜਾਂਦੇ ਹਾਂ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਮਹਾਰਾਜ ਕਹਿੰਦੇ ਸਭ ਕੁਛ ਹੀ ਵਿਅਰਥ ਹੈ, ਲੇਖੇ ਵਿੱਚ ਤਾਂ ਆਹੀ ਸਮਾਂ ਹੈ। ਗੁਰੂ ਮਹਾਂਪੁਰਖ ਹੋਏ ਵੇਦ ਵਿਆਹ ਜੀ, ਉਹ ਸਾਧ ਸੰਗਤ ਜੀ ਕਥਾ ਕਰਦੇ ਹੁੰਦੇ, ਸਤਸੰਗ ਦੀਆਂ ਘੜੀਆਂ ਲਾਹੇ ਲੈਂਦੇ ਹੁੰਦੇ ਸੰਗਤ, ਜਿੱਥੇ ਮਹਾਂਪੁਰਖਾਂ ਤੋਂ ਸਤਪੁਰਸ਼ਾਂ ਤੋਂ ਲਾਹੇ ਲੈਣੇ, ਬ੍ਰਹਮ ਗਿਆਨੀ ਨੇ ਉਹਨਾਂ ਦੇ ਚਰਨਾਂ ਵਿੱਚ ਬੇਅੰਤ ਸੰਗਤਾਂ ਆਉਂਦੀਆਂ, ਹੋਰ ਵੀ ਰਾਜੇ ਮਹਾਰਾਜੇ ਵੀ ਸਤਸੰਗ ਕਰਦੇ ਆ ਕੇ। ਇੱਕ ਸਤਸੰਗ ਜੀ ਐਸੇ ਵੀ ਜਿਵੇਂ ਅੱਜ ਕੋਈ ਬਿਰਤੀ ਆ ਜਾਵੇ ਕਿਸੇ ਅੰਦਰ ਇਹੋ ਜਿਹੀ ਵੀ ਮੈਂ ਨਹੀਂ ਮੰਨਦਾ ਤੇਰੀ ਗੱਲ, ਨਾ ਹੀ ਕਹਿ ਦੇਣਾ ਬਸ, ਹਾਂ ਕਹਿਣੀ ਹੋਈ ਨਾ ਉੱਥੇ, ਨਾ ਹੀ ਨਾ ਹੈ, ਉਹਨੂੰ ਕਹਿ ਦਿਆ ਤੂੰ ਤਾਂ ਜਨਮੇਜੇ ਵਰਗਾ, ਜਿਹੜੇ ਸੰਸਕਾਰ ਜਨਮੇਜੇ ਸੀ ਉਹੀ ਸੰਸਕਾਰ ਤੇਰੇ ਵਿੱਚ ਨੇ, ਹਰ ਗੱਲ 'ਤੇ ਹੀ ਨਾ ਕਹੀ ਜਾਂਦਾ। ਇੱਕ ਜਨਮੇਜਾ ਹੁੰਦਾ ਰਾਜਾ, ਕਲਯੁੱਗ ਦਾ ਆਰੰਭ ਹੋਇਆ ਸੀ, ਪਾਂਡਵਾਂ ਦੇ ਵਿੱਚੋਂ ਹੀ ਸਾਧ ਸੰਗਤ ਜੀ ਪ੍ਰਤਾਪੀ ਰਾਜਾ ਹੋਇਆ ਹੈ। ਕਹਿੰਦੇ ਉਹਨੇ ਵਿਆਹ ਜੀਆਂ ਦੇ ਕੋਲ ਬਚਨ ਸੁਣਨ ਆਉਣਾ ਅਤੇ ਕਿੰਤੂ ਪਰੰਤੂ ਯਾਦੇ ਕਰਿਆ ਕਰੇ, ਬਚਨ ਘੱਟ ਸੁਣਿਆ ਕਰੇ, ਕਿਆ ਕਰੇ, ਮੈਂ ਨਹੀਂ ਜੀ ਮੰਨਦਾ ਬਸ, ਜਿਹੋ ਜਿਹਾ ਸੁਭਾਅ ਬਣ ਜਾਵੇ ਨਾ ਆਦਤ ਪੈ ਜਾਂਦੀ ਹੈ, ਆਦਤ ਪੈ ਗਈ ਸਾਧ ਸੰਗਤ ਜੀ ਕਿਸੇ ਨੂੰ ਬਚਪਨ 'ਚ ਉਹਦਾ ਸੁਭਾਅ ਬਣ ਗਿਆ, ਸੁਭਾਅ ਤੋਂ ਸੰਸਕਾਰ ਬਣ ਜਾਂਦਾ। ਕਹਿੰਦੇ ਆ ਨਾ ਵੀ ਵਾਰੇ ਸ਼ਾਹ ਨੇ ਵੀ ਕਿਹਾ ਵੀ ਵਾਰੇ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ, ਜਿਹੜਾ ਜੀਵਨ ਇੱਕ ਆਦਤ ਪੈ ਗਈ ਕਿਸੇ ਨੂੰ ਸਾਧ ਸੰਗਤ ਜੀ, ਕਿਸੇ ਨੂੰ ਚੋਰੀ ਕਰਨ ਦੀ ਉਹ ਆਦਤ ਪੈ ਗਈ ਆ, ਕਿਸੇ ਨੂੰ ਝੂਠ ਬੋਲਣ ਦੀ ਉਹ ਆਦਤ ਪੈ ਗਈ ਹੈ, ਇਹ ਆਦਤਾਂ ਹੀ ਨੇ, ਕੋਈ ਜਨਮ ਤੋਂ ਤਾਂ ਨਹੀਂ ਲੈ ਕੇ ਆਏ, ਇੱਥੇ ਪਾਈਆਂ ਹੀ ਪਈਆਂ ਨੇ, ਜਿਹੋ ਜਿਹੀ ਸੰਗਤ ਮਿਲ ਗਈ ਉਹੋ ਜਿਹੀ ਸਾਨੂੰ ਫਲ ਮਿਲੀ ਜਾਂਦਾ। ਸ਼ਰਾਬਾਂ ਪੀਣ ਵਾਲੇ ਕਿਹੜਾ ਜੰਮਦੇ ਹੀ ਸ਼ਰਾਬਾਂ ਪੀਂਦੇ ਸੀ, ਜੁਆਰੀ ਕਿਹੜਾ ਜੰਮਦੇ ਹੀ ਜੂਆ ਖੇਡਣ ਲੱਗ ਗਏ ਸੀ, ਸਾਧ ਸੰਗਤ ਜੀ ਨਿੰਦਕ ਕਿਹੜਾ ਜਨਮ ਤੋਂ ਹੀ ਨਿੰਦਿਆ ਕਰਨ ਲੱਗ ਗਏ ਸੀ, ਤਾਂ ਜਿਹੋ ਜਿਹਾ ਸੁਭਾਅ ਬਣ ਜਾਵੇ, ਜਿਹੋ ਜਿਹੀ ਸੰਗਤ ਮਿਲ ਜਾਵੇ ਉਹੋ ਜਿਹਾ ਹੀ ਫਲ ਮਿਲ ਜਾਂਦਾ ਹੈ, ਉਹੋ ਜਿਹਾ ਹੀ ਜੀਵਨ ਬਣ ਜਾਂਦਾ ਹੈ। ਭਗਤ ਕਬੀਰ ਜੀ ਇਹੀ ਬਚਨ ਕਰਦੇ ਨੇ, ਚੰਗਾ ਹੋਣਾ ਜੇ ਭਲਾ ਬਣਨਾ ਤਾਂ ਭਲਿਆਂ ਦੀ ਸੰਗਤ ਕਰ, ਦੇਖ ਲੈ ਜੇ ਬੁਰਿਆਂ ਕੋਲੇ ਬੈਠੇਗਾ ਉਹ ਚੰਗਾ ਹੋ ਜਾਏਗਾ, ਸੰਗਤ ਕਰ ਲੈ ਚੰਗਿਆਂ ਦੀ, ਖੋਟਿਆਂ ਨਾਲ ਖੋਟਾ ਹੀ ਰਹਿ ਜਾਏਗਾ, ਹੋ ਜਾਏਗਾ ਸੰਗਤ ਕਰ ਚੰਗਿਆਂ ਦੀ, ਖੋਟਿਆਂ ਨਾਲ ਖੋਟਾ ਹੀ ਰਹਿ ਜਾਏਗਾ।
ਇਹਨੂੰ ਜਿਹੋ ਜਿਹੀ ਵੀ ਸੰਗਤ ਮਿਲ ਗਈ ਸਾਧ ਸੰਗਤ ਜੀ, ਉਹੋ ਜਿਹਾ ਹੀ ਫਲ ਮਿਲਦਾ ਹੈ, ਉਹੋ ਜਿਹਾ ਹੀ ਜੀਵਨ ਬਣ ਜਾਂਦਾ। ਤਾਂ ਸੰਗਤ ਹੀ ਹੈ, ਚੰਗਿਆਂ ਦੀ ਸੰਗਤ ਕਰੇਗਾ ਭਲਿਆਂ ਦੀ ਭਲਾ ਬਣ ਜਾਵੇਗਾ, ਬੁਰਿਆਂ ਦੀ ਸੰਗਤ ਕਰੇਗਾ ਬੁਰਾ ਹੀ ਰਹਿ ਜਾਏਗਾ। ਮਹਾਂਪੁਰਖ ਵੀ ਇਹੀ ਵਚਨ ਕਰਦੇ ਹੁੰਦੇ ਵੀ ਜੇ ਸ਼ਰਾਬੀਆਂ ਦੀ ਸੰਗਤ ਮਿਲ ਜਾਵੇ ਤਾਂ ਇਹ ਸ਼ਰਾਬੀ ਬਣ ਜਾਂਦਾ ਹੈ, ਚੋਰਾਂ ਦੀ ਸੰਗਤ ਮਿਲ ਗਈ ਤਾਂ ਚੋਰੀਆਂ ਕਰਨ ਲੱਗ ਜੂ ਚੋਰ ਹੀ ਬਣ ਜੂਗਾ, ਚੋਰੀ ਕੱਖ ਦੀ ਵੀ ਚੋਰੀ ਲੱਖ ਦੀ ਵੀ ਚੋਰੀ ਤਾਂ ਚੋਰੀ ਹੋ ਹੁੰਦੀ ਹੈ। ਸਾਧ ਸੰਗਤ ਜੀ ਕੋਈ ਜੁਆਰੀਆਂ ਦੀ ਸੰਗਤ ਕਰਨ ਲੱਗ ਗਿਆ ਉਹ ਜੂਏਬਾਜ਼ ਬਣ ਜੂਗਾ, ਕੋਈ ਠੱਗਾਂ ਦੀ ਸੰਗਤ ਕਰਨ ਲੱਗ ਗਿਆ ਉਹ ਹਰ ਸਮੇਂ ਠੱਗੀਆਂ ਹੀ ਮਾਰਦਾ ਰਹੂ ਜੀਵਨ ਵਿੱਚ, ਕੋਈ ਨਿੰਦਕਾਂ ਦੀ ਸੰਗਤ ਕਰਨ ਲੱਗ ਗਿਆ ਉਹ ਨਿੰਦਕ ਹੀ ਬਣੇਗਾ, ਸਾਗਤ ਰੱਬ ਤੋਂ ਭੁੱਲਿਆ ਹੋਇਆ। ਆਜ ਤੇਰੇ ਵਾਸਤੇ ਮਹਾਰਾਜ ਦਾ ਵੀ ਵਚਨ, ਜੇ ਤੂੰ ਗੁਰਮੁਖਾਂ ਦੀ ਸੰਗਤ ਕਰੇਗਾ ਤਾਂ ਤੂੰ ਵੀ ਗੁਰਮੁਖ ਇੱਕ ਦਿਨ ਬਣ ਜਾਵੇਂਗਾ। ਕਬੀਰ ਚੰਦਨ ਕਾ ਬਿਰਵਾ ਭਲਾ, ਵਿਹੜਿਓਂ ਢਾਕ ਪਲਾਸ, ਓਏ ਵੀ ਚੰਦਨ ਹੋਏ ਰਹੇ ਬਸੈ ਜੋ ਚੰਦਨ ਪਾਸ। ਗੁਰਮੁਖ ਤਾਂ ਇੱਕ ਚੰਦਨ ਦੇ ਸਮਾਨ ਹੁੰਦਾ ਹੈ, ਕੋਈ ਗੁਰਮੁਖ ਹੋਵੇ ਉਹਦੀ ਮਹਿਕ ਗੁਲਾਬ ਦੇ ਫੁੱਲ ਨੂੰ ਦੱਸਣ ਦੀ ਲੋੜ ਨਹੀਂ ਵੀ ਮੈਂ ਗੁਲਾਬ ਦਾ ਫੁੱਲ ਹਾਂ, ਉਹਦੀ ਮਹਿਕ ਤੋਂ ਪਤਾ ਲੱਗ ਜਾਂਦਾ ਵੀ ਇਹ ਗੁਲਾਬ ਦਾ ਫੁੱਲ ਹੈ। ਚੰਦਨ ਨੂੰ ਵੀ ਦੱਸਣ ਦੀ ਲੋੜ ਨਹੀਂ ਮੈਂ ਚੰਦਨ ਹਾਂ, ਉਹਦੇ ਆਲੇ ਦੁਆਲੇ ਰਹਿਣ ਵਾਲੇ ਢੱਕ ਪੜਾ ਵੀ ਉਹੀ ਵਾਸ਼ਨਾ ਚੰਦਨ ਵਾਲੀ ਉਹਨਾਂ 'ਚੋਂ ਆਉਣ ਲੱਗ ਜਾਂਦੀ ਹੈ। ਇਸੇ ਤਰ੍ਹਾਂ ਕੋਈ ਗੁਰਮੁਖ ਹੋਵੇ, ਕੋਈ ਨਾਮ ਦਾ ਰਸੀਆ ਹੋਵੇ, ਉਹਦੇ ਨਾਲ ਰਹਿ ਕੇ ਉਈ ਰੰਗ ਚੜ੍ਹ ਜਾਂਦਾ ਹੈ, ਨਾਮ ਬਾਣੀ ਦਾ ਰੰਗ। ਕੋਈ ਸੰਗਤ ਕਰੋ ਕਿਸੇ ਸਾਧੂ ਦੀ, ਆ ਮਹਾਂਪੁਰਖਾਂ ਦੇ ਸੰਗੀ ਬੈਠੇ ਨੇ ਵੀ ਕਿਸੇ ਸਤਿਪੁਰਸ਼ ਦੀ ਸੰਗਤ ਤੋਂ ਹੀ ਉਹਨਾਂ ਦਾ ਆ ਸਰੂਪ ਹੀ ਨਿਰਾਲਾ ਬਣ ਜਾਂਦਾ, ਸਾਧਸੰਗ ਜੀਵਨ ਹੀ ਨਿਰਾਲਾ ਹੋ ਜਾਂਦਾ ਦੁਨੀਆ ਨਾਲੋਂ। ਅਸੀਂ ਸੰਸਾਰਕ ਲੋਕ ਵੀ ਹਾਂ, ਫੱਕ ਉੱਡਦੀ ਆ ਚਿਹਰਿਆਂ ਦੇ ਉੱਤੇ, ਜਿਨ੍ਹਾਂ ਦੀ ਭਗਤੀ ਕਰੀ ਹੋਵੇ ਉਹਨਾਂ ਦੇ, ਜਿਵੇਂ ਆ ਬਸੰਤ ਰੁੱਤ ਹੈ, ਹਰ ਕਾ ਨਾਮ ਧਿਆਏ ਕਹਿ ਹਰਿਆ ਭਾਈ, ਕਰਮ ਲਖੰਤੈ ਪਾਈਐ ਰੁੱਤ ਸੁਹਾਈ। ਜਿਵੇਂ ਆ ਸੁਹਾਵਣੀ ਰੁੱਤ ਹੈ ਉਹ ਵੀ ਹਰੇ ਭਰੇ, ਉਹਨਾਂ ਦਾ ਜੀਵਨ ਵੀ ਹਰਿਆਲੀ ਵਿੱਚ ਆ ਜਾਣਾ, ਇਹ ਨਾਮ ਸਿਮਰਨ ਦੀਆਂ ਹੀ ਬਰਕਤਾਂ ਹੁੰਦੀਆਂ ਨੇ, ਕਮਾਈਆਂ ਹੁੰਦੀਆਂ ਨੇ। ਸਾਧ ਸੰਗਤ ਜੀ ਕੋਈ ਗੁਰਮੁਖ ਹੋਵੇ, ਤੂੰ ਗੁਰਮੁਖਾਂ ਦੀ ਸੰਗਤ ਕਰ, ਤੇਰੇ 'ਤੇ ਵੀ ਇੱਕ ਦਿਨ ਐਸਾ ਅਸਰ ਹੋ ਜਾਵੇਗਾ, ਤੂੰ ਵੀ ਗੁਰਮੁਖ ਬਣ ਜਾਏਗਾ, ਜੀਵਨ ਨੂੰ ਸਫਲਾ ਬਣਾ ਜਾਵੇਗਾ। ਪਰ ਜੇ ਇੱਥੇ ਬੁਰਿਆਂ ਦੀ ਸੰਗਤ ਮਿਲ, ਜਿਹੋ ਜੀ ਆਦਤ ਪੈ ਗਈ ਬਚਪਨ ਤੋਂ, ਆਦਤ ਤਾਂ ਇੱਕ ਸੰਸਕਾਰ ਬਣ ਜਾਂਦਾ, ਸੰਸਕਾਰ ਸਾਡੇ ਜੀਵਨ ਦੇ ਨਾਲ ਹੀ ਜਾਂਦਾ ਹੈ। ਸਾਧ ਸੰਗਤ ਜੀ ਜਨਮੇਜੇ ਨੂੰ ਇੱਕ ਆਦਤ ਪਈ ਹੋਈ ਸੀ, ਉਹ ਨਾ ਕਹਿੰਦਾ ਸੀ ਹਰ ਗੱਲ ਦੇ ਉੱਤੇ, ਮੈਂ ਨਹੀਂ ਮੰਨਦਾ ਕਹਿ ਦਿੰਦਾ ਸੀ। ਹੁਣ ਵੀ ਕਈਆਂ ਦੇ ਸੁਭਾਅ ਆਉਂਦੇ ਨੇ, ਦੇਖਿਆ ਜਾਂਦਾ ਨਾ, ਉਹ ਨਹੀਂ ਲੈ ਮੰਨਦੇ, 10 ਬੰਦੇ ਕਈ ਜਾਣ ਉਹ ਕਹਿੰਦੇ ਮੈਂ ਤਾਂ ਮੰਨਦਾ ਹੀ ਨਹੀਂ, ਮੇਰੀ ਗੱਲ ਹੀ ਸਹੀ ਰਹੂਗੀ ਬਸ। ਇੱਥੇ ਤਾਂ ਇਹੋ ਜਿਹਾ ਵਚਨ ਹੋਵੇ, ਜੇ ਕਹੇ ਤਾਂ ਮਹਾਂਪੁਰ ਕਹਿੰਦੇ ਵੀ ਆ ਪਿੱਪਲ ਹੈ, ਪਿੱਪਲ ਨੂੰ ਕਿੱਕਰ ਕਹਿ ਦਿੱਤੀ, ਕਿੱਕਰ ਹੀ ਕਹਿ ਦਿਓ ਪਿੱਛੇ, ਠੀਕ ਹੈ ਜੀ, ਹੋ ਸਕਦਾ ਹੀ ਹੈ। ਇਹ ਕੋਈ ਮਹਾਂਪੁਰਖਾਂ ਨੇ ਵੀ ਵਚਨ ਕੀਤਾ ਸੀ, ਪਰ ਆਓ ਪਿਆਰ ਦੇ ਨਾਲ ਕਿਸੇ ਵਚਨ ਨੂੰ ਮੰਨ ਲੈਣਾ, ਕਿਸੇ ਬਜ਼ੁਰਗ ਦੇ ਵਚਨ ਨੂੰ ਮੰਨ ਲਿਆ, ਕਿਸੇ ਸਿਆਣੇ ਦੇ ਵਚਨ ਨੂੰ ਮੰਨ ਲਿਆ, ਕਿਸੇ ਸਤਿਪੁਰਸ਼ ਦੇ ਵਚਨ ਨੂੰ ਮੰਨ ਲਿਆ, ਮੰਨ ਲੈਣਾ ਉਸ ਵਚਨ 'ਤੇ ਪਹਿਰਾ ਦੇਣਾ, ਇਹੀ ਹੈ ਕਿਸੇ ਵਚਨ ਦੀ ਕਮਾਈ ਕਰਨਾ, ਸਭ ਤੋਂ ਵੱਡੀ ਸੇਵਾ ਵੀ ਇਹੀ ਹੈ। ਵਿਆਹ ਜੀ ਹਰ ਰੋਜ਼ ਸਤਸੰਗਤ ਕਰਾਉਂਦੇ ਨੇ, ਕਿੰਨੇ ਗੁਰਮੁਖ ਜਨ ਸਤਸੰਗੀ ਉੱਥੇ ਲਾਹਾ ਲੈਂਦੇ ਨੇ ਜਾ ਕੇ, ਤਾਂ ਜਨਮੇਜਾ ਵੀ ਜਾ ਕੇ ਬੈਠ ਜਾਂਦਾ ਸੰਗਤ ਵਿੱਚ। ਸਾਧ ਸੰਗਤ ਜੀ ਤਾਂ ਉੱਥੇ ਜਨਮੇਜੇ ਨੇ ਅੱਗੇ ਸਵਾਲ ਕਰਨਾ ਵਿਆਹ ਜੀਆਂ ਦੇ ਕਿ ਰਿਸ਼ੀਓ, ਤੁਸੀਂ ਤਾਂ ਤ੍ਰੈਕਾਲ ਦਰਸ਼ੀ ਮਹਾਂਪੁਰਖ ਹੋ, ਤੁਸੀਂ ਇਉਂ ਦੱਸੋ ਵੀ ਭਗਵਾਨ ਕ੍ਰਿਸ਼ਨ ਜੀ ਆ, ਤੁਸੀਂ ਇੰਨਾ ਜਸ ਕਰਦੇ ਹੋ ਵੀ ਉਹ 16 ਕਲਾਂ ਸੰਪੂਰਨ ਲੈ ਕੇ ਆਏ ਦੁਆਪਰ ਯੁੱਗ ਵਿੱਚ। ਜੇ ਭਗਵਾਨ ਕ੍ਰਿਸ਼ਨ ਜੀ 16 ਕਲਾਂ ਲੈ ਕੇ ਆਏ ਸੀ, ਜੇ ਦੁਆਪਰ ਯੁੱਗ ਦੇ ਭਗਵਾਨ ਸੀ, ਤਾਂ ਫਿਰ ਉਹਨਾਂ ਨੇ ਕੈਰਵਾਂ ਦੇ ਪਾਂਡਵਾਂ ਨੂੰ ਕਿਉਂ ਨਾਸ਼ ਹੋਣ ਦਿੱਤਾ, ਉਹਨਾਂ ਦਾ ਕਿਉਂ ਇੰਨੇ ਲੋਕਾਂ ਨੂੰ ਮਰਨ ਦਿੱਤਾ, ਇੰਨਾ ਅਤਿਆਚਾਰ, ਇਤਨਾ ਝਗੜਾ ਲੜਾਈ, ਆਪਸ ਵਿੱਚ ਘਮਸਾਨ ਦੇ ਯੁੱਧ ਹੋਏ, ਹਜ਼ਾਰਾਂ ਹੀ ਯੋਧੇ ਸੂਰਮੇ ਆਪਸ ਵਿੱਚ ਲੜ ਲੜ ਕੇ ਮਰ ਗਏ ਨੇ, ਜੇ ਭਗਵਾਨ ਨੂੰ ਪਤਾ ਸੀ ਤਾਂ ਕਿਉਂ ਉਹਨਾਂ ਦਾ ਯੁੱਧ ਹੋਣ ਦਿੱਤਾ ਸੀ, ਰੋਕ ਦਿੰਦੇ ਪਹਿਲਾਂ। ਵਿਆਹ ਜੀ ਕਹਿਣ ਲੱਗੇ, ਰਾਜਨ ਇਹ ਹੋਣੀ ਹੈ, ਜੋ ਹੋਣੀ ਆ ਹੋ ਕੇ ਰਹਿੰਦੀ ਹੈ, ਇਹ ਹੋਣੀ ਨੂੰ ਕੋਈ ਟਾਲ ਨਹੀਂ ਸਕਦਾ, ਉਹ ਹੋਣੀ ਸੀ, ਉਹਨਾਂ ਦਾ ਇਸ ਤਰ੍ਹਾਂ ਆਪਸ ਵਿੱਚ ਖਾਤਮਾ ਹੋਣਾ ਸੀ। ਕਿੰਨੇ ਬੜੇ ਬੜੇ ਯੋਧੇ ਲੜ ਲੜ ਕੇ ਰਣ ਭੂਮੀ ਵਿੱਚ ਕੁਰੂਕਸ਼ੇਤਰ ਦੀ ਉਹ ਧਰਤੀ ਦੇ ਉੱਤੇ, ਸਾਧ ਸੰਗਤ ਜੀ ਕਿਵੇਂ ਸ਼ਹੀਦੀਆਂ ਪਾ ਗਏ, ਸੂਰਾ ਸੋ ਪਹਿਚਾਨੀਆਂ ਜੋ ਲੜੇ ਦੀਨ ਖੇਤ, ਪਰ ਆਪਸ ਵਿੱਚ ਰਾਜ ਭਾਗ ਦਾ ਚਲੋ ਜੋ ਵੀ ਹੋਇਆ, ਸਾਧ ਸੰਗਤ ਜੀ ਜੂਏ ਵਿੱਚ ਰਾਜ ਹਾਰ ਗਏ ਪਾਂਡਵ, ਅਤੇ ਕਿਹਾ ਸੀ ਫਿਰ ਪਾਂਡਵਾਂ ਨੇ ਚਲੋ ਅਸੀਂ ਸਭ ਕੁਝ ਹਾਰ ਗਏ, ਭਗਵਾਨ ਕਹਿ ਦਿਓ
ਵੀ ਇਹ ਦੁਰਯੋਧਨ ਸਾਨੂੰ ਪੰਜ ਸੱਤ ਪਿੰਡੀ ਗੁਜ਼ਾਰੇ ਵਾਸਤੇ ਦੇ ਦੇਵੇ, ਤੁਹਾਡੀ ਤਾਂ ਗੱਲ ਨਹੀਂ ਮੁੜੇਗਾ। ਪਰ ਦੁਰਯੋਧਨ ਨੇ ਅੱਗੇ ਕੀ ਕਿਹਾ ਸੀ, ਜਦੋਂ ਭਗਵਾਨ ਨੇ ਕਿਹਾ ਵੀ ਦੁਰਯੋਧਨ ਸਾਡੀ ਗੱਲ ਮੰਨ ਲੈ, ਇਹਨਾਂ ਨੂੰ ਪੰਜ ਸੱਤ ਪਿੰਡ ਗੁਜ਼ਾਰੇ 'ਚ ਦੇ ਦੇ, ਉਹ ਅੱਗੇ ਬੋਲਿਆ ਕਿਹਾ ਤੁਸੀਂ ਪੰਜ ਸੱਤ ਪਿੰਡਾਂ ਦੀ ਗੱਲ ਕਰ ਦਿਓ, ਮੈਂ ਤਾਂ ਸੂਈ ਦੇ ਨੱਕੇ 'ਚ ਨਹੀਂ ਜਗ੍ਹਾ ਨਾ ਇਹਨਾਂ ਨੂੰ ਦੇਵਾਂ, ਯੁੱਧ ਕਰ ਲੈਣ ਮੇਰੇ ਨਾਲ, ਭਾਵੇਂ ਸਾਰਾ ਹੀ ਰਾਜ ਭਾਗ ਖੋ ਲੈਣ। ਚਲੋ ਜੋ ਵੀ ਹੋਣੀ ਸੀ ਉਹ ਹੋਈ, ਸਾਧ ਸੰਗਤ ਜੀ ਹੋਣੀ ਹੋਈ ਹੈ। ਮਹਾਂਭਾਰਤ ਦੀ ਕਥਾ ਆਉਂਦੀ ਹੈ, ਮਹਾਂਭਾਰਤ ਦੀ ਮੁੱਖ ਸਲੋਕ ਜੋ ਐਸੇ ਅਮੋਲਕ ਵਚਨ ਭਗਵਾਨ ਜੀ ਦੇ, ਉਹਨਾਂ ਵਿੱਚੋਂ ਇੱਕ ਗੀਤਾ ਦਾ ਹਿੱਸਾ ਬਣ ਗਿਆ। ਸਾਧ ਸੰਗਤ ਜੀ, ਇੱਥੇ ਅਰਜਨ ਨੂੰ ਜਿਵੇਂ ਭਗਵਾਨ ਕ੍ਰਿਸ਼ਨ ਜੀ ਉਪਦੇਸ਼ ਦੇ ਰਹੇ ਨੇ, ਔਰ ਜੋ ਵੀ ਭਗਵਾਨ ਨੇ ਕਿਹਾ ਸੋ ਭਲਾ ਹੀ ਕਿਹਾ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਸੋ ਭਲਾ ਕਿਹਾ, ਜੋ ਰੱਬ ਨੇ ਕਿਹਾ, ਅਕਾਲ ਪੁਰਖ ਨੇ, ਨਿਰੰਕਾਰ ਨੇ, ਉਹੀ ਗੁਰੂ ਨਾਨਕ ਸਾਹਿਬ ਗੁਰੂ ਬਾਬਾ ਜੀ ਨੇ ਸਾਨੂੰ ਅੱਗੇ ਕਿਹਾ ਕਿ ਭਾਈ ਐਸਾ ਜੀਵਨ ਬਣਾਓ ਆਪਣਾ। ਨਹੀਂ ਰਾਜਨ, ਤੂੰ ਇਸ ਗੱਲ 'ਤੇ ਕਿੰਤੂ ਨਾ ਕਰ, ਜੋ ਹੋਣੀ ਆ ਹੋ ਕੇ ਰਹਿੰਦੀ ਆ। ਕਹਿੰਦਾ ਮੈਂ ਨਹੀਂ ਮੰਨਦਾ, ਮੈਂ ਨਹੀਂ ਮੰਨਦਾ। ਭਗਵਾਨ ਦੱਸ ਦਿੰਦੇ ਉਹਨਾਂ ਨੂੰ ਵੀ ਇਹ ਹੋਣੀ ਆ, ਤੁਹਾਡੇ ਨਾਲ ਕਿਉਂ ਅੱਗੇ ਤੁਰਦੇ, ਕਿਉਂ ਆਪਸ ਵਿੱਚ ਲੜ ਕੇ ਮਰਦੇ। ਵਿਆਹ ਜੀ ਕਹਿਣ ਲੱਗੇ ਦੱਸ ਵੀ ਦਿੰਦੇ ਤਾਂ ਵੀ ਕੀ ਸੀ, ਪਰ ਹੋਣੀਆਂ ਜੋ ਹੋ ਕੇ ਰਹਿੰਦੀਆਂ। ਕਹਿੰਦਾ ਮੈਂ ਨਹੀਂ ਜੀ ਮੰਨਦਾ ਹੋਣੀ ਹੋ ਕੇ ਰਹਿੰਦੀਆਂ, ਤੁਸੀਂ ਤਾਂ ਐਵੇਂ ਕਹੀ ਜਾਂਦੇ ਹੋ। ਨਾਸਤਕ ਸੀ, ਮਨਮਤੀਆ ਸੀ, ਜੋ ਮਨ ਕਹਿੰਦਾ ਸੀ ਉਹੀ ਕਰਦਾ ਸੀ ਬਸ। ਕਹਿੰਦਾ ਜੀ ਮੈਂ ਨਹੀਂ ਮੰਨਦਾ, ਹੁਣ ਮੈਨੂੰ ਪਤਾ ਹੋਵੇ ਵੀ ਅੱਗੇ ਮੇਰੇ ਟੋਆ, ਮੈਂ ਕਿਉਂ ਕਿਹਨੂੰ ਜਾ ਕੇ ਉਸਦੇ ਵਿੱਚ, ਬਚ ਕੇ ਨਹੀਂ ਲੰਘ ਜਾਵੇਗਾ, ਉਸ ਤੋਂ ਬਚਾ ਕਰੂੰਗਾ ਆਪਣੇ ਆਪ ਦਾ। ਜੇ ਮੈਨੂੰ ਪਤਾ ਹੋਵੇ ਮੇਰੇ ਨਾਲ ਆ ਹੋਣਾ ਹੈ, ਮੈਂ ਕਿਉਂ ਕਰੂੰਗਾ। ਉਹਨੇ ਬੜੀ ਨਿੰਦਿਆ ਕਰੀ ਭਗਵਾਨ ਦੀ, ਭਗਵਾਨ ਦੇ ਵਰਖਲਾਫ ਉਸਨੇ ਉਹ ਬਚਨ ਬੋਲੇ, ਨਿੰਦਿਆ ਹੀ ਹੈ। ਜੋ ਅਸੀਂ ਇੱਕ ਵੀ ਬਚਨ ਗੁਰੂ ਮਹਾਰਾਜ ਤੋਂ ਉਲਟ ਬੋਲ ਦਿੰਦੇ ਹਾਂ ਉਹ ਨਿੰਦਿਆ ਹੈ। ਨਿੰਦਿਆ ਤਾਂ ਕਿਸੇ ਦੀ ਵੀ ਭਲੀ ਨਹੀਂ, ਗੁਰੂ ਪਰਮੇਸ਼ੁਰ ਦੀ ਨਿੰਦਿਆ ਤਾਂ ਸਾਧ ਸੰਗਤ ਜੀ ਦੇਖੋ ਕੀ ਫਲ ਮਿਲੇਗਾ ਫਿਰ। ਹੁਣ ਜਨਮੇਜਾ ਨੇ ਅਸੀਂ ਨਿੰਦਿਆ ਕਰੀ, ਵਿਖੋਦੀ ਕਰੀ ਭਗਵਾਨ ਦੀ, ਕਹਿੰਦਾ ਜੇ ਉਹ ਮੈਨੂੰ ਪਤਾ ਹੋਵੇ ਮੇਰੇ ਨਾਲ ਆ ਹੋਣੀਆਂ ਤਾਂ ਮੈਂ ਕਿਉਂ ਉੱਧਰ ਕਦਮ ਪੱਟੂੰਗਾ, ਮੈਂ ਬਚਾ ਨਹੀਂ ਕਰੂੰਗਾ ਆਪਣੇ ਆਪ ਦਾ। ਵਿਆਹ ਜੀ ਕਹਿੰਦੇ ਹੰਕਾਰ ਨਾ ਕਰ, ਜੋ ਹੋਣੀਆਂ ਹੋ ਕੇ ਰਹਿੰਦੀਆਂ। ਕਹਿੰਦਾ ਮਹਾਰਾਜ ਕਿਵੇਂ ਹੋ ਕੇ ਰਹਿੰਦੀ ਹੈ? ਕਹਿੰਦੇ ਲੈ ਫਿਰ ਇਉਂ ਹੀ ਚੱਲ ਪਾ, ਜਿਵੇਂ ਹੁਣ ਤੂੰ ਸੁਣ ਲੈ, ਤੇਰੇ ਨਾਲ ਜੋ ਹੋਣੀਆਂ ਤੈਨੂੰ ਦੱਸ ਦਿੰਦੇ ਹਾਂ, ਤੂੰ ਬਚਾ ਕਰ ਲਈ ਆਪਣੇ ਆਪ ਦਾ। ਕਹਿੰਦਾ ਦੱਸੋ ਮਹਾਰਾਜ, ਮੈਂ ਬਚਾ ਕਰੂੰ ਆਪਣੇ ਆਪ ਦਾ। ਉੱਥੇ ਸਾਧ ਸੰਗਤ ਜੀ ਫਿਰ ਕਿਹਾ ਸੀ ਵਿਆਹ ਜੀਆਂ ਨੇ ਵੀ ਤੇਰੇ ਨਾਲ ਇਹ ਹੋਣੀਆਂ ਤਾਂ ਇੱਕ ਦਿਨ ਆਪਦੇ ਅਹਿਲਕਾਰਾਂ ਦੇ, ਵਜ਼ੀਰਾਂ ਦੇ ਕਹਿਣ 'ਤੇ, ਆਪਦੇ ਰਾਜ ਪੰਡਤਾਂ ਦੇ ਕਹਿਣ 'ਤੇ ਤੈਂ ਅਸੁਮੇਧ ਜਾ ਕਰਨਾ ਹੈ। ਪ੍ਰਾਤਨ ਸਮਿਆਂ ਵਿੱਚ ਰਾਜੇ ਮਹਾਰਾਜੇ ਅਸੁਮੇਧ ਜਾ ਕਰਦੇ ਹੁੰਦੇ ਤਾਂ ਘੋੜਾ ਛੱਡਦੇ ਹੁੰਦੇ ਸੀ, ਔਰ ਉਹਦੇ ਉੱਪਰ ਇੱਕ ਔਰ ਲਿਖ ਕੇ ਪੱਤਰਿਕਾ ਵੀ ਲਾ ਦਿੰਦੇ। ਕੀ ਲਿਖ ਦਿੰਦੇ ਹੁੰਦੇ? ਵੀ ਇਹ ਘੋੜੇ ਨੂੰ ਉਹ ਫੜੇ ਜਿਹੜਾ ਸਾਡੇ ਨਾਲ ਯੁੱਧ ਕਰ ਸਕੇ। ਇੱਥੇ ਰਾਜਿਆਂ ਦਾ ਅੱਗੇ ਆਪਦਾ ਪ੍ਰਤਾਪ ਵਧਾਉਣਾ, ਆਪਦਾ ਸਿੱਕਾ ਚਲਾਉਣਾ ਅੱਗੇ ਤੱਕ। ਸਾਧ ਸੰਗਤ ਜੀ, ਵਿਆਹ ਜੀ ਕਹਿਣ ਲੱਗੇ ਤੂੰ ਅਸੁਮੇਧ ਜਾ ਕਰੇਗਾ ਰਾਜਨ, ਹੁਣ ਸੁਣ ਲੈ, ਤੂੰ ਉਸ ਸੁਮੇਧ ਜਗ ਵਿੱਚ ਉਹ ਘੋੜਾ ਛੱਡੇਗਾ ਜਿਹੜਾ ਤੇਰੇ ਘਰੇ, ਜਿਸ ਘੋੜੀ 'ਤੇ ਤੂੰ ਹੁਣ ਸਵਾਰ ਹੁੰਦਾ ਹੈ, ਉਹੀ ਘੋੜੀ ਨੇ ਇੱਕ ਬਛੇਰਾ ਦੇਣਾ ਹੈ। ਇੱਥੋਂ ਚੱਲੇਗਾ ਹਸਤਨਾਪੁਰ, ਤੇਰਾ ਰਾਜ ਭਾਗ ਹੈ। ਸ਼ਿਕਾਰ ਨੂੰ ਚੱਲਿਆ ਇੱਕ ਦਿਨ, ਇਹ ਵੀ ਕਹਿ ਦਿਉ, ਔਰ ਉੱਥੇ ਜਾਵੇਗਾ ਅਤੇ ਰਸਤੇ ਵਿੱਚ ਤੈਨੂੰ ਜੰਗਲ ਬਿਆਬਾਨ ਵਿੱਚ ਜਾ ਕੇ ਸਿਖਰ ਦੁਪਹਿਰਾ ਹੈ, ਤੈਨੂੰ ਨੀਂਦ ਆ ਜਾਵੇਗੀ, ਥਕਾਵਟ ਵਿੱਚ ਇੱਕ ਬਿਰਸ਼ ਦੇ ਹੇਠਾਂ ਤੂੰ ਸੌਂ ਜਾਵੇਗਾ, ਔਰ ਜਿਹੜੀ ਘੋੜੀ ਤੇਰੇ ਕੋਲ ਹੈ ਉਹ ਘੋੜੀ ਨੂੰ ਤੂੰ ਇੱਕ ਜਗ੍ਹਾ 'ਤੇ ਬਿਰਸ਼ ਦੇ ਨਾਲ ਬੰਨ੍ਹ ਦੇਵੇਗਾ, ਤੂੰ ਸੌਂ ਜਾਵੇਗਾ, ਤੈਨੂੰ ਨੀਂਦਰਾ ਆਜੂ, ਔਰ ਉੱਥੇ ਇੱਕ ਨਾਲ ਤਲਾਬ ਹੋਵੇਗਾ, ਔਰ ਉਹ ਤਲਾਅ ਦੇ ਵਿੱਚੋਂ ਇੱਕ ਘੋੜਾ ਪ੍ਰਗਟ ਹੋਵੇਗਾ, ਵੀ ਸੁਣ ਲੈ, ਉਹ ਤਲਾਅ ਦੇ ਵਿੱਚੋਂ ਘੋੜਾ ਨਿਕਲੇਗਾ, ਔਰ ਜੋ ਘੋੜਾ ਆਵੇਗਾ ਜਿਸ ਘੋੜੀ 'ਤੇ ਸਵਾਰ ਹੋ ਕੇ ਤੂੰ ਗਿਆ ਉਹਨਾਂ ਦੇ ਮੇਲ 'ਚੋਂ, ਅਤੇ ਤੈਨੂੰ ਨਹੀਂ ਪਤਾ ਲੱਗਣਾ, ਔਰ ਉਸੇ ਘੋੜੀ ਨੇ ਫਿਰ ਆ ਕੇ ਬਛੇਰਾ ਦੇਣਾ ਹੈ, ਔਰ ਉਹ ਬਛੇਰਾ 'ਤੇ ਆਪ ਕਹਿਣਾ ਵੀ ਇਸਨੂੰ ਪਾਲੋ। ਕਹਿੰਦਾ ਮਹਾਰਾਜ ਜੀ, ਪਹਿਲੀ ਗੱਲ ਆ, ਮੈਂ ਸ਼ਿਕਾਰ ਨੂੰ ਹੀ ਨਹੀਂ ਜਾਂਦਾ, ਔਰ ਜੇ ਸ਼ਿਕਾਰ ਨੂੰ ਚੱਲਿਆ ਗਿਆ ਤਾਂ ਜਿਹੜੀ ਘੋੜੀ 'ਤੇ ਮੈਂ ਸ਼ਿਕਾਰ ਨੂੰ ਜਾਊਂਗਾ ਕਿਤੇ ਸੌਂਗਾ ਜਾ ਕੇ, ਉਹ ਘੋੜੀ ਦਾ ਬਛੇਰਾ ਮੈਂ ਕਿਉਂ ਪਾਲੂੰਗਾ, ਮੈਂ ਨਹੀਂ ਪਾਲਦਾ। ਕਹਿੰਦੇ ਪਾਲਣਾ ਪਊਗਾ, ਹੋਣੀ ਆ, ਸੁਣੀ ਜਾ ਤੂੰ, ਔਰ ਉਹ ਬੜਾ ਸੋਹਣਾ ਘੋੜਾ ਬਣ ਜਾਵੇਗਾ, ਔਰ ਉਸ ਘੋੜੇ ਨੂੰ, ਬਛੇਰੇ ਨੂੰ ਤੂੰ
ਅਸੁਮੇਹ ਜੱਗ ਦੇ ਵੇਲੇ ਛੱਡੇਗਾ, ਫਿਰ ਅਸੁਮੇਹ ਜੱਗ ਕਰੇ। ਕਹਿੰਦਾ ਮਹਾਰਾਜ ਮੈਂ ਕਿਉਂ ਅਸੁਮੇਹ ਜੱਗ ਕਰੂੰਗਾ? ਕਹਿੰਦੇ ਸੁਣੀ ਜਾ, ਤੈਨੂੰ ਦੱਸਦਿਆਂ ਬਚਾਅ ਕਰ ਲਈ ਆਪਣੇ ਆਪ ਦਾ। ਔਰ ਉਹ ਘੋੜਾ ਛੱਡੇਗਾ, ਉਸ ਉੱਤੇ ਲਿਖ ਕੇ ਤਾਂ ਫੱਟਾ ਲਾ ਦੇਣਾ ਬਈ ਆਹ ਪਟੇ ਦੇ ਉੱਤੇ ਜੋ ਲਿਖਿਆ ਹੋਇਆ ਹੈ, ਕੀ ਲਿਖਿਆ ਹੋਵੇਗਾ? ਵੀ ਉਹ ਰਾਜਾ ਇੱਕ ਬਾਦਸ਼ਾਹ ਘੋੜੇ ਨੂੰ ਪਕੜੇ ਜਿਹੜਾ ਮੇਰੇ ਨਾਲ ਯੁੱਧ ਕਰ ਸਕੇ। ਰਾਜਾ ਜਨਮੇਜਾ ਬੜਾ ਮਹਾਂਬਲੀ ਰਾਜਾ ਹੈ, ਬਹੁਤ ਪ੍ਰਤਾਪੀ ਰਾਜਾ ਹੈ, ਤਾਂ ਹੰਕਾਰ ਵਿੱਚ ਇਸ ਗੱਲ 'ਤੇ ਉਹ ਘੋੜਾ ਕਈ ਰਿਆਸਤਾਂ ਨੂੰ ਲੰਘਦਾ ਜਾਵੇਗਾ ਕਈ ਦੇਸ਼ਾਂ 'ਚੋਂ, ਪਰ ਇੱਕ ਦੇਸ਼ ਦੇ ਰਾਜੇ ਨੇ ਉਸ ਘੋੜੇ ਨੂੰ ਪਕੜ ਲੈਣਾ ਔਰ ਤੈਨੂੰ ਵੰਗਾਰਨਾ ਵੀ ਆ ਜਾ ਜਨਮੇਜਾ, ਇਹ ਬਾਦਸ਼ਾਹ ਤੇਰੇ ਨਾਲ ਯੁੱਧ ਕਰਦਾ ਮੈਂ, ਹੁਣ ਸੁਣ ਲੈ ਫਿਰ ਯੁੱਧ ਨਾ ਕਰੀ। ਕਹਿੰਦਾ ਪਰ ਮਹਾਰਾਜ ਕਹਿੰਦੇ ਯੁੱਧ ਤੈਨੂੰ ਕਰਨਾ ਪਊਗਾ, ਕਹੀ ਜਾ ਵੀ ਨਾ ਕਰੀ ਤੈਨੂੰ ਕਿੰਨਾ ਸਮਝਾ ਲਈਏ, ਪਰ ਯੁੱਧ ਵੀ ਕਰੇਗਾ ਤੂੰ, ਯੁੱਧ ਕਰ ਲਿਆ ਆਪਸ ਵਿੱਚ ਤਾਂ ਉਹ ਜਿਹੜਾ ਰਾਜਾ ਹੈ ਬਾਦਸ਼ਾਹ ਜਿਸਨੇ ਤੇਰੇ ਘੋੜੇ ਨੂੰ ਪਕੜਿਆ ਸੀ ਉਹ ਹਾਰ ਮੰਨ ਜਾਵੇਗਾ ਵੀ ਹਾਰ ਗਿਆ ਮੈਂ ਤੇਰੇ ਅੱਗੇ। ਹੁਣ ਉਹਨੇ ਹਾਰ ਵੀ ਮੰਨ ਲਈ, ਹੁਣ ਅੱਗੇ ਸੁਣ ਲੈ, ਉਹ ਹਾਰ ਮੰਨ ਕੇ ਆਪਦੀ ਧੀ ਦਾ ਰਿਸ਼ਤਾ ਤੇਰੇ ਨਾਲ ਕਰੇਗਾ। ਹੁਣ ਇਹ ਵੀ ਸੁਣ ਲੈ ਤੂੰ ਰਿਸ਼ਤਾ ਨਹੀਂ ਲਵੇਂਗਾ? ਕਹਿੰਦਾ ਮੈਂ ਰਿਸ਼ਤਾ ਕਿਉਂ ਕਰੂੰਗਾ, ਕਿਉਂ ਉਸ ਲੜਕੀ ਦਾ ਰਿਸ਼ਤਾ ਲਊਂਗਾ, ਉਹਦੇ ਨਾਲ ਵਿਵਾਹ ਕਰਾਊਂ, ਕਿਉਂ ਰਾਣੀ ਬਣਾਊਂ? ਪਰ ਬਣਾਉਣਾ ਪਊਗਾ, ਹੋਣੀ ਹੈ। ਔਰ ਫਿਰ ਸੁਣ ਲੈ ਜੇ ਤਾਂ ਵਿਆਹ ਵੀ ਕਰਾ ਲਿਆ, ਰਾਣੀ ਨੂੰ ਵੀ ਨਾਲ ਲਿਆ, ਤਾਂ ਗੋਲੀ ਨਾ ਲੈ ਕੇ ਆਈ ਨਾਲ, ਉਹ ਦਾਸੀ ਗੋਲੀ ਨੂੰ ਵੀ ਭੇਜਣਗੇ ਨਾਲ ਰਾਜਾ, ਔਰ ਦਾਸੀ ਗੋਲੀ ਵੀ ਤੇਰੇ ਰਾਜ ਮਹਿਲਾਂ ਤੱਕ ਆ ਜਾਊ, ਪਰ ਇੱਕ ਦਿਨ ਸਮਾਂ ਆ ਜਾਣਾ ਹੈ, ਇੱਕ ਦਿਨ ਸਮਾਂ ਆ ਜਾਣਾ ਹੈ, ਔਰ ਉਹ ਦਾਸੀ ਗੋਲੀ ਜਿਸਦੇ ਉੱਪਰ ਤੇਰਾ ਮਨ ਐਸਾ ਮੋਹਿਤ ਹੋਣਾ, ਤੈਂ ਕਹਿਣਾ ਵੀ ਆਹ ਰਾਣੀ ਤਾਂ ਮੇਰੀ ਗੋਲੀ ਹੋਣੀ ਚਾਹੀਦੀ, ਜਿਹੜੀ ਗੋਲੀ ਦਾਸੀ ਉਹ ਮੇਰੀ ਰਾਣੀ ਹੋਣੀ ਚਾਹੀਦੀ ਹੈ। ਤਾਂ ਇੱਕ ਦਿਨ ਆਪਦੇ ਮਨ ਚੰਚਲਤਾਈ ਵਿੱਚ ਆ ਕੇ ਉਹਦਾ ਗੀਤ ਸੁਣ ਕੇ ਉਹਦਾ ਨ੍ਰਿਤ ਦੇਖ ਕੇ ਤੈਂ ਉਸ ਦਾਸੀ ਗੋਲੀ ਨੂੰ ਆਪਦੀ ਰਾਣੀ ਬਣਾ ਲੈਣਾ ਹੈ, ਆਪਦੀ ਰਾਣੀ ਨੂੰ ਗੋਲੀ ਬਣਾ ਦੇਣਾ ਹੈ ਤੈਂ। ਔਰ ਫਿਰ ਤੂੰ ਇੱਕ ਦਿਨ ਭੰਡਾਰਾ ਕਰੇਗਾ, ਬ੍ਰਾਹਮਣ ਤੇਰਾ ਭੰਡਾਰਾ ਛਕਣ ਵਾਸਤੇ ਆਉਣਗੇ, ਉਹਨਾਂ ਬ੍ਰਾਹਮਣਾਂ ਦਾ ਤੂੰ ਉਸ ਦਾਸੀ ਗੋਲੀ ਜੋ ਤੇਰੀ ਰਾਣੀ ਬਣੀ ਉਹਦੇ ਕਹਿਣ 'ਤੇ ਉਹਨਾਂ ਦਾ ਕਤਲ ਕਰੇਗਾ, ਬ੍ਰਹਮ ਹੱਤਿਆ ਕਰੇਗਾ, ਜਿਸ ਨਾਲ ਤੈਨੂੰ ਕੋੜ ਹੋਵੇਗਾ ਉਸੇ ਕੋੜ ਨਾਲ ਤੇਰੀ ਮੌਤ ਹੋਣੀ ਆ, ਬਚਾ ਕਰ ਸਕਦਾ ਤਾਂ ਬਚ ਜੀ, ਇਹ ਤੇਰੇ ਜੀਵਨ ਵਾਸਤੇ ਹੈ। ਹੁਣ ਦੇਖਦਾ ਵੀ ਹੋਣੀ ਤੋਂ ਤੂੰ ਬਚ ਸਕਦਾ ਹੈ, ਇੰਨਾ ਕੁਝ ਦੱਸ ਦਿੱਤਾ ਮਹਾਰਾਜ ਨੇ। ਜਨਮੇਜਾ ਕਹਿੰਦਾ ਲੈ ਪਹਿਲੀ ਗੱਲ ਹੈ, ਮੈਂ ਸ਼ਿਕਾਰ ਨੂੰ ਕਿਉਂ ਘੋੜੀ 'ਤੇ ਚੜ੍ਹ ਕੇ ਜਾਊਂਗਾ, ਚਲੋ ਜੇ ਚੱਲਿਆ ਵੀ ਗਿਆ ਤਾਂ ਮੈਂ ਉਹ ਜਿਹੜਾ ਬਸ਼ੇਰਾ ਘੋੜੀ ਦਊਗੀ ਉਹ ਮੈਂ ਕਿਉਂ ਪਾਲੂੰਗਾ, ਚਲੋ ਜੇ ਕਹਿੰਦਾ ਬਸ਼ੇਰਾ ਵੀ ਪਾਲੂੰ ਤਾਂ ਜੱਗ ਕਿਉਂ ਕਰੂੰਗਾ, ਜੇ ਜੱਗ ਵੀ ਕਰ ਦਿੱਤਾ ਤਾਂ ਰਾਜੇ ਨਾਲ ਯੁੱਧ ਕਿਉਂ ਕਰੂੰਗਾ, ਜੇ ਯੁੱਧ ਵੀ ਕਰ ਲਿਆ ਤਾਂ ਉਹਦੀ ਹਾਰੇ ਹੋਏ ਰਾਜੇ ਦੀ ਧੀ ਨਾਲ ਆਪਦਾ ਵਿਵਾਹ ਕਿਉਂ ਕਰਾਊਂਗਾ, ਜੇ ਸ਼ਾਦੀ ਵੀ ਕਰਾ ਲਈ ਤਾਂ ਦਾਸੀ ਗੋਲੀ ਨੂੰ ਨਾਲ ਲੈ ਕੇ ਨਹੀਂ ਆਉਂਦਾ ਮੈਂ, ਜੇ ਗੋਲੀ ਆ ਵੀ ਗਈ ਤਾਂ ਰਾਣੀ ਨਹੀਂ ਬਣਾਉਂਦਾ, ਜੇ ਉਸ ਨੂੰ ਰਾਣੀ ਵੀ ਇੱਥੇ ਤੱਕ ਵੀ ਪਹੁੰਚ ਗਈ ਤਾਂ ਬ੍ਰਾਹਮਣਾਂ ਦੀ ਹੱਤਿਆ ਕਿਉਂ ਕਰੂੰਗਾ, ਮੈਨੂੰ ਕੋੜ ਹੋ ਹੀ ਨਹੀਂ ਸਕਦਾ। ਕਹਿੰਦਾ ਮੈਂ ਨਹੀਂ ਮੰਨਦਾ, ਉੱਥੇ ਵੀ ਸਾਧ ਸੰਗਤ ਜੀ ਉਹਨੇ ਕਿਹਾ ਵੀ ਮੈਂ ਨਹੀਂ ਮੰਨਦਾ ਇਸ ਗੱਲ ਨੂੰ, ਮੈਂ ਇਹ ਗੱਲ ਹੋਣੀ ਨਹੀਂ ਦੇਣੀ। ਪਰ ਮਹਾਰਾਜ ਕਹਿੰਦੇ ਹੋਣੀ ਹੈ, ਇਹ ਹੋਣੀ ਹੈ, ਇਸ ਹੋਣੀ ਨੂੰ ਕੋਈ ਮੇਟ ਨਹੀਂ ਸਕਦਾ, ਗੁਰੂ ਬਾਬਾ ਜੀ ਨੇ ਵੀ ਬਚਨਿਆਂ ਕੀਤਾ ਹੈ ਨਾ, ਉਹ ਲਿਖਿਆ ਕਰਤਾਰ ਦਾ ਮੇਟ ਨਾ ਸਕਦਾ ਕੋਈ, ਲਿਖਿਆ ਕਰਤਾਰ ਦਾ ਮੇਟ ਨਾ ਸਕਦਾ ਕੋਈ, ਲਿਖਿਆ ਕਰਤਾਰ ਦਾ ਜੋ ਮੇਟ ਨਾ ਸਕਦਾ।
सकदा कोई लेख न मिटी है सखी जो लिखिया करतार जो करते ने करतार ने परमात्मा ने लेख लिख दिता उसनू कोई मेटन वाला नहीं संसार दे उते जो परमात्मा ने लेख लिख दिता होना तो सोई है साध संगत जी उही होवेगा ना पर जनमेजा अहंकार विच कहता मैं नहीं कहता होनी होण दिंदा मैं नहीं कहता होण दिंदा ब्याह जी तुसीं मैनूं दस दिता याद रखियो मैं नहीं इहो जिहा कुछ करूँगा पर राजे होंदे ने देखदे राजे महाराजा नूं कितें इक बन्नण पए होंदे ने चारे सवेरे उन्हां दे तां जंजाल ही जंजाल ने आ कर लिए ओह कर लिए राज भाग है हुकूमतां ने हुकूमतां दे नशे विच उत्थे कितें रब याद रहिंदा रब तां दुखी हो के याद आउंदा तदे महाराज ने कहा दुख दारू सुख रोग भया जिहड़े दुख ने उह तां दारू बणदियां क्यों भी दुख विच असीं नाम जपदे हां सुख नूं रोगी क्यों कहा महाराज ने उदों असीं परमात्मा नूं भुल जांदे आ ते रोगी बन जांदे आ ते साध संगत जी हुण राजिआं नूं देखदियां वी की याद होवेगा चक्रवर्ती राजा है बादशाह जनमेजा ने साध संगत जी की कीता इक दिन शिकार नूं चल पिआ आपदी घोड़ी ते सवार हो के जदों शिकार नूं गिआ आ होणी लई फिरदी है होणी है हुण कई दफ़ा आपां नूं हुंदा वी आ क्यों हो गई ये होनी है अनहोनी नहीं होनी है जो हो रही है अनहोनी तो वह है जो किसी नाल नहीं होनी महाराज कहते ने चिंता ता की कीजिए जो अनहोनी होए इत्थे कोई शरीर छड़ गया कहते जी एक ही मिनट लग गया भी तेनों केड़ा कई घंटे लगने ने तैं भी एवं देखना भी उड़ गया भौर पता ही नहीं लगना भी कल्ला ही शरीर रह गया चक लो भी हुण लै जाओ इसनों ज़्यादा संस्कार करो जा इसनों कबर में दफनायाओ दो ही गल्लां ने बस किसी ने तेनों सामभ के तो नहीं रखना महाराज कहते यह मार्ग संसार को नानक थिर नहीं कोय आ मार्ग जिस रास्ते ते किथे मौत लिखी है की पता किथे लिखी है वो समा किथे लिखिया महाराज ने तीन वस्तुआं ने समा आ जावे श्वास पूरे हो जाण ते साध संग जी उधर परमेश्वर का बुलावा आ गया कौन रख सकदा जिस की पूजे आओद तिसे कौन रख ही महाराज कहते कौन रखू उस नूं जिहदी उम्र पूरी हो जाए उन्हों कौन रख सकता है साध संगत जी इत कितनी इलाज करा लो कितनी आप इंतजाम पर वो समा वो जगह आ जाए वो समा आ जाए श्वास पूरे हो जाए परमेश्वर का सदा आ गया तो कौन रख सकता उत्थे कोई भी रखने वाला नहीं है साध संगत ये होनी है ये होनी वो सानू लई फिरदी है होनी वो राजे जनमेजे नूं अज घोड़ी ते सवार होया शिकार नूं चल पिया भुल गया भी ब्याह जिया ने की कहा सी याद नहीं रहा हुण साडे ते किहड़ा कईआं दे याद रहिंदा है एक दिन उह सतपुरशां दे वचन आउंदे ने कहिंदे जी कई तां पल्ले झाड़ी कथा सुणदे ने इत्थे उठ के ते पल्ले झाड़ के तुर जांदे ने उह किसे बाणीए ने कहा सी वी इह पल्ले झाड़ कथा की हुंदी है उह कहिंदा मैं दसदा जी पल्ले झाड़ कथा की हुंदी है वी इक साडा बाणीआ सी आ खल बड़ेवियां दी दुकान सी कीती होई रोज़ कथा सुन जाया करे महापुरखों तो वचन सुनया करे क्यों कही जाना ठीक है जी सत है जी भाई इत्थे की हुक्मनामा साहब लैने सारे वो धरती ना लग जाने सिर जाके पर मनदा तो कोई विरल ही है मनदा तो कोई ही है सिर तो नीवा कर दें सलाम तो नाल कहते जवाब भी है नमस्कार भी कर दें तो रब का वचन भी नहीं मनते तो साध संग पल्ले झाड़ कथा कहते रोज़ आया करे सुन बाणियाँ रोज़ ही सुन के आ जा करे वो कहते किन्ना समा हो गया निरंतर नेता पर उसने कथा सुन जाना एक दिन उन्हें कोई काम हो गया कहना चल भी पुत्रा तू मेरे होंदी हाजरी लवाया अज मैं कितने काम जाना लाभ चलो जी पिता जी मैं जाया उन्हें हुण पुत्र सी कोई शरदावान खबरां शरदा किन्ना दे अंदर है भावना कोई वचन मन जाए तो एको ही वचन बथेरा है वो कहते सुन गया संतां दे वचन उन्होंने अगे महात्मा ने वचन किया भी गऊ गरीब ते जुलम ना करिया करो गऊ गरीब ते दया करिया करो उन्हां नूं पुन्नदान करना चंगा हुंदा किसी गऊ गरीब ने वचन सुन ले आके चलो मुड़ के अपनी हट्टी ते बैठ गया अगे खल बड़े में त्यादक जो भी सौदा पता सी प्यास उधरों गऊ आई
ਉਹ ਗਊ ਆ ਕੇ ਵੜੇਵੇਂ ਖਾਣ ਲੱਗ ਗਈ। ਚਲੋ ਕਹਿੰਦਾ ਕੋਈ ਗੱਲ ਨਹੀਂ, ਚਾਰ ਮੁੱਠੀਆਂ ਖਾ ਜੂ ਤਾਂ ਕੀ ਹੈ ਵੀ ਖਾ ਲੈਣ ਦਿਉ। ਉਹਨੇ ਰੋਕੀ ਨਾ ਵੀ ਅੱਜ ਤਾਂ ਮੈਂ ਵਚਨ ਸੁਣ ਕੇ ਆਇਆ ਵੀ ਗਊ ਦੀ ਕਦੇ ਗਊ 'ਤੇ ਜ਼ੁਲਮ ਨਹੀਂ ਕਰੀਦਾ, ਦਇਆ ਕਰੀਦਾ, ਹੁਣ ਗਊ ਨੂੰ ਖਾ ਹੀ ਲੈਣ ਦਿਉ। ਉੱਧਰੋਂ ਉਹਦਾ ਪਿਓ ਆ ਜਿਹੜਾ ਰੋਜ਼ ਹੀ ਕਥਾ ਸੁਣਦਾ ਹੁੰਦਾ ਸੀ, ਉਹ ਆਇਆ ਦੂਰੋਂ ਹੀ ਉੱਚੀ ਉੱਚੀ ਬੋਲਦਾ, ਉਹ ਤੂੰ ਮਰ ਗਿਆ, ਉਹ ਤੂੰ ਕਿੱਥੇ ਬੈਠਾ ਹੋਇਆ, ਗਊ ਨੇ ਆ ਦਿਖ ਲਾ ਸਾਰੇ ਵੜੇਵੇਂ ਖਾ ਲਏ। ਕਹਿੰਦਾ ਪਿਤਾ ਜੀ ਮੈਂ ਤਾਂ ਸੰਤਾਂ ਦਾ ਵਚਨ ਕਮਾਉਣਾ। ਕਿਹੜਾ ਵਚਨ ਕਮਾਉਣਾ ਤੂੰ ਸੰਤਾਂ ਦਾ? ਕਹਿੰਦਾ ਮੈਂ ਤਾਂ ਵਚਨ ਕਮਾਉਣਾ ਵੀ ਉਹਨਾਂ ਨੇ ਕਿਹਾ ਸੀ ਵੀ ਗਊ ਗਰੀਬ 'ਤੇ ਦਇਆ ਕਰਿਆ ਕਰੋ, ਮੈਂ ਚੱਲ ਵੀ ਗਊ ਨੂੰ ਖਾ ਲੈਣ ਦਿਉ। ਉਹ ਕਹਿੰਦਾ ਤੂੰ ਇੱਕ ਦਿਨ ਜਾ ਕੇ ਇੰਨਾ ਕੁਛ ਲਟਾਉਣ ਲੱਗ ਗਿਆ, ਮੈਂ ਰੋਜ਼ ਜਾਣਾ, ਮੇਰਾ ਕੀ ਬਣੂਗਾ? ਇਹੋ ਜਿਹੀ ਕਥਾ ਤਾਂ ਉੱਥੇ ਹੀ ਛੱਡਿਆਈ ਦੀ ਹੁੰਦੀ ਹੈ, ਉੱਥੇ ਕਿ ਜੋਗੀ ਬਸ ਰਹਿ ਜਾਈਦਾ, ਉੱਥੇ ਛੱਡ ਕੇ ਪੱਲੇ ਝਾੜ ਕੇ ਤੁਰੇ। ਉਹਨੂੰ ਕਹਿੰਦੇ ਆ ਪੱਲੇ ਝਾੜ ਕਥਾ, ਵੀ ਕਿ ਇੱਥੇ ਸਾਧ ਸੰਗਤ ਜੀ ਇੱਥੇ ਹੀ ਸੁਣ ਲਿਆ, ਇੱਥੇ ਹੀ ਕਈ ਤਾਂ ਛੱਡ ਜਾਂਦੇ ਨੇ ਵੀ ਚਲੋ ਵੀ ਚਲੋ ਵੀ ਪਤਾ ਹੀ ਨਹੀਂ ਕਿਹੜਾ ਸ਼ਬਦ ਪੜ੍ਹਿਆ ਸੀ, ਗੁਰਬਾਣੀ ਕਿਹੜੀ ਪੜ੍ਹੀ ਸੀ, ਕੋਈ ਗਾਉਣ ਵਾਲੀ ਲੱਗੇ ਨਾ ਪਿੰਡ ਵਿੱਚ, ਆ ਛੋਟੇ ਛੋਟੇ ਬੱਚੇ ਨੇ ਇਹਨਾਂ ਤੋਂ ਪੁੱਛ ਲਓ, ਰਿਕਾਰਡ ਗਾਉਂਦੇ ਫਿਰਦੇ ਹੁੰਦੇ ਨੇ, ਨਾਲੇ ਗਾਉਣਗੇ ਵੀ ਉਹੀ ਲੈ ਦੇ ਵਿੱਚ ਵੀ ਆਹ ਲੈ 'ਚ ਗਾਇਆ ਸੀ, ਵੀ ਭੰਗੜਾ ਵੀ ਇਉਂ ਪੈਂਦਾ ਸੀ, ਨੱਚਦੇ ਵੀ ਇਉਂ ਸੀ, ਅਤੇ ਆਹ ਰੱਬ ਦੇ ਗੀਤ ਇਹ ਭੁੱਲ ਜਾਂਦੇ, ਕਿਸੇ ਵਿਰਲੇ ਦੇ ਯਾਦ ਹੋਣਗੇ ਸਾਧ ਸੰਗਤ ਜੀ। ਕੌਣ ਕਰੇਗਾ ਗੁਰੂ ਦਾ ਜਾ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ, ਸੋ ਜਸ ਤੇਰਾ ਗਾਵੇ। ਭਗਤ ਪੀਪਾ ਜੀ ਨੇ ਨਹੀਂ ਕਿਹਾ ਸੀ ਇੱਕ ਮਾਈ ਨੂੰ, ਉਹ ਤੂੰ ਬੀਬਾ ਤੇਲ ਵੇਚਦੀ ਫਿਰਦੀ ਹੈ, ਕੀ ਕਹਿੰਦੀ ਆ ਜੀ ਮੇਰੇ ਕੋਲ ਸਰਸੋਂ ਦਾ ਤੇਲ ਹੈ, ਮੇਰੇ ਕੋਲ ਅਮਕੀ ਜੜੀ ਬੂਟੀ ਦਾ ਤੇਲ ਹੈ, ਕੋਈ ਲੈ ਲਓ, ਬੜਾ ਲਾਭਦਾਇਕ ਹੈ। ਉਹ ਵੇਚਦੀ ਫਿਰਦੀ ਆ, ਹੋਕਾ ਦਿੰਦੀ ਹੈ। ਭਗਤ ਪੀਪਾ ਜੀ ਨੇ ਦੇਖਿਆ ਬੜਾ ਰਸ ਸੀ ਉਹਦੀ ਜ਼ਬਾਨ ਵਿੱਚ, ਆਵਾਜ਼ ਬੜੀ ਰਸ ਵਾਲੀ, ਉਹ ਰਸਨਾ ਨਾਲ ਬੜੇ ਤਰੀਕੇ ਸਹਿਤ ਬੜੇ ਸੁਰ ਦੇ ਵਿੱਚ ਉਹ ਹੋਕਾ ਦੇਵੇ। ਭਗਤ ਪੀਪਾ ਜੀ ਕਹਿਣ ਲੱਗੇ ਤੂੰ ਤੇਲ ਦੇ ਗੀਤ ਗਾਈ ਜਾਂਦੀ ਆ ਬੀਬਾ, ਜੇ ਰੱਬ ਦੇ ਗੀਤ ਗਾਵੇਂ ਰੱਬ ਤੇਰੇ 'ਤੇ ਪ੍ਰਸੰਨ ਹੋ ਜਾਊਗਾ, ਰੱਬ ਦੀ ਬਖਸ਼ਿਸ਼ ਹੋ ਜੂ ਤੇਰੇ 'ਤੇ। ਕਹਿੰਦੀ ਬਾਬਾ ਅੱਗੇ ਜਾ ਅੱਗੇ, ਮੇਰੇ ਤਾਂ ਘਰ ਵਾਲਾ ਜਿਉਂਦਾ, ਕਹਿੰਦੀ ਜਿਹਨਾਂ ਦੇ ਘਰ ਵਾਲੇ ਮਰੇ ਹੁੰਦੇ ਨੇ ਉਹੀ ਰੱਬ ਦੇ ਗੀਤ ਗਾਉਂਦੀਆਂ ਹੁੰਦੀਆਂ ਨੇ। ਅੱਗਿਓਂ ਬੋਲੀ ਸਾਧ ਸੰਗਤ ਜੀ ਚੰਚਲ ਮਤ ਸੀ ਭਗਤ ਪੀਪਾ ਜੀ, ਕਹਿੰਦੇ ਚੰਗਾ ਭਾਈ ਜੇ ਆ ਇੱਛਾ ਤੇਰੀ ਇਹ ਵੀ ਪੂਰੀ ਹੋ ਜੂਗੀ। ਇੰਨਾ ਵਚਨ ਕਹਿ ਕੇ ਅੱਗੇ ਤੁਰ ਕੇ ਜਦੋਂ ਘਰੇ ਜਾ ਕੇ ਦੇਖਦੀ ਆ ਘਰ ਵਾਲਾ ਮਰਿਆ ਪਿਆ, ਲੱਗ ਗਈ ਉੱਥੇ ਫਿਰ ਸਿਆਪੇ ਕਰਨ, ਕੀਰਨੇ ਪਾਉਂਦੀ ਆ ਹਾਏ ਮਰ ਗਈ, ਹਾਏ ਕਹਿੰਦੇ ਆ, ਹਾਏ ਦਾ ਮਤਲਬ ਕੀ ਆ, ਹਾਏ ਕਿਹਾ, ਹਾਏ ਹੈ ਰੱਬ ਹੈ, ਇਹ ਰੱਬ ਦੀ ਰਜ਼ਾ ਹੈ, ਹਾਏ ਦਾ ਭਾਵ ਰੱਬ ਹੈ, ਰੱਬ ਉਹ ਪਰਮੇਸ਼ੁਰ ਦੀ ਰਜ਼ਾ ਵਿੱਚ ਹੁਣ ਉਹ ਲਈ ਜਾਂਦੇ ਹੁੰਦੇ ਨਾ, ਰਾਮ ਨਾਮ ਸੱਤ ਹੈ, ਵੀ ਅੱਜ ਹੀ ਹੋਇਆ, ਰਾਮ ਨਾਮ ਤਾਂ ਜੁਗਾਂ ਜੁਗਾਂਤਰਾਂ ਤੋਂ ਹੀ ਸੱਤ ਹੈ, ਤੁਹਾਨੂੰ ਹੁਣ ਪਤਾ ਲੱਗਿਆ। ਉਹ ਕਰਦੀ ਜਾਂਦੀ ਆ ਵੀ ਰਾਮ ਨਾਮ ਸੱਤ ਹੈ, ਭਗਤ ਪੀਪਾ ਜੀ ਖੜੇ ਕਹਿੰਦੇ ਬੀਬਾ ਜੇ ਕੱਲ੍ਹ ਹੀ ਆ ਵਚਨ ਕਹਿੰਦੀ ਤੈਨੂੰ ਆਹ ਦਿਨ ਦੇਖਣ ਨੂੰ ਕਿਉਂ ਮਿਲਦਾ, ਕਿਉਂ ਆ ਤੈਨੂੰ ਸਮਾਂ ਦੇਖਣ ਨੂੰ ਮਿਲਦਾ। ਪਰ ਕਹਿੰਦੇ ਨੇ ਨਾ ਰੱਬ ਦੇ ਗੁਣ ਕੌਣ ਗਾਵੇਗਾ, ਉਹੀ ਗਾਵੇਗਾ ਜਿਸ ਨੂੰ ਮਹਾਰਾਜ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ, ਸੋ ਜਸ ਤੇਰਾ ਗਾਵੇ ਜੀ, ਬਖਸ਼ ਲਹੇ ਮੇਰੇ ਪਿਆਰੇ। ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ, ਸੋ ਜਸ ਤੇਰਾ ਗਾਵੇ। ਮਹਾਰਾਜ ਜਿਨ੍ਹਾਂ ਨੂੰ ਤੁਸੀਂ ਬਖਸ਼ ਲੈਂਦੇ ਉਹੀ ਤੁਹਾਡਾ ਜਸ ਗਾ ਸਕਦੇ ਨੇ।
ਜਿਸਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਉਹ ਤਾਂ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ ਜੋ ਰੱਬ ਦੀਆਂ ਸਿਫਤਾਂ ਕਰਦਾ ਹੈ, ਪਰ ਕਰਦਾ ਕੌਣ ਹੈ ਰੱਬ ਦੀਆਂ ਸਿਫਤਾਂ? ਜਿਨ੍ਹਾਂ ਨੂੰ ਪਰਮੇਸ਼ੁਰ ਆਪ ਬਖਸ਼ ਲੈਂਦਾ ਹੈ। ਆਪ ਲੀਏ ਲੜ ਲਾਏ ਦਰ ਦਰਵੇਸ਼ ਸੀ, ਉਹੀ ਗੁਰਮੁਖ ਨੇ, ਉਹੀ ਗੁਰਸਿੱਖ ਰੱਬ ਨਾਲ ਜੁੜੇ ਹੋਏ, ਜਿਨ੍ਹਾਂ ਨੂੰ ਮਹਾਰਾਜ ਨੇ ਆਪ ਜੋੜ ਲਿਆ, ਆਪ ਦੇ ਚਰਨੀ ਲਾ ਲਿਆ। ਸਾਧ ਸੰਗਤ ਜੀ, ਆਓ ਇੱਥੇ, ਹੁਣ ਸੁਣਦੇ ਤਾਂ ਹਾਂ ਸਾਰੇ ਹੀ, ਪਰ ਅਸਰ ਕਿਹਨਾਂ 'ਤੇ ਹੁੰਦਾ? ਉਹ ਭਾਗਾਂ ਵਾਲੇ ਨੇ ਜਿਹੜੇ ਸਾਧ ਸੰਗਤ ਜੀ ਆ ਮਹਾਰਾਜ ਦੇ ਨਾਲ ਇੱਥੇ ਰਲ ਕੇ ਮਿਲ ਕੇ ਬੈਠ ਕੇ ਜੁੜ ਕੇ ਇਉਂ ਹੀ ਸਤਿਗੁਰਾਂ ਦੇ ਅੱਗੇ ਸਭ ਕੁਛ ਅਰਪਣ ਕਰ ਦੇਣਾ। ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਆ ਪਾਈ ਹੈ। ਸਾਧ ਸੰਗਤ ਜੀ, ਹੁਣ ਰਾਜੇ ਜਨਮੇਜੇ ਨੂੰ ਇੰਨਾ ਯਾਦ ਨਾ ਰਿਹਾ, ਸ਼ਿਕਾਰ ਨੂੰ ਚੱਲ ਪਿਆ, ਘੋੜੀ 'ਤੇ ਸਵਾਰ ਹੋਇਆ। ਉਹਨੂੰ ਪਤਾ ਨਾ ਵੀ ਵਿਆਹ ਜੀਆਂ ਨੇ ਕੀ ਕਿਹਾ ਸੀ ਵੀ ਘੋੜੀ 'ਤੇ ਸ਼ਿਕਾਰ ਨੂੰ ਨਾ ਜਾਈਂ, ਪਰ ਚੱਲ ਪਿਆ, ਹੁਣ ਹੀ ਲਈ ਫਿਰਦੀ ਹੈ। ਹੁਣ ਜੰਗਲ ਵੀ ਆਵਾਨ ਵੀ ਚੱਲਿਆ ਗਿਆ, ਅੱਗੇ ਜਾ ਕੇ ਸਾਧ ਸੰਗਤ ਜੀ ਇੱਕ ਜਗ੍ਹਾ 'ਤੇ, ਉਸਨੂੰ ਦੁਪਹਿਰਾ ਆ ਗਿਆ। ਹੁਣ ਦੇਖਦਿਆਂ ਵੀ ਸਰਦੀਆਂ ਦੀਆਂ ਰਾਤਾਂ ਹੋਣ, ਗਰਮੀਆਂ ਦੇ ਦੁਪਹਿਰੇ ਹੋਣ, ਇੱਕ ਸਮਾਨ ਹੀ ਹੈ ਵੀ ਧੁੱਪਾਂ ਵੀ ਦੇਖਦੇ। ਸਾਧ ਸੰਗਤ ਜੀ ਕੋਈ ਇਹ ਗੁਰਮੁਖ ਉੱਥੇ ਕਹਿੰਦੇ ਹੁੰਦੇ ਆ ਵੀ ਸਾਧ ਸੰਗਤ ਜੀ ਸਾਡੇ ਕੋਲ ਕੁਟੀਆ 'ਤੇ ਆਏ, ਉਹ ਕਹਿਣ ਲੱਗੇ ਵੀ ਇੱਕ ਦਿਨ ਅਸੀਂ ਬਾਬਾ ਜੀ ਇੱਕ ਮਹਾਂਪੁਰਖਾਂ ਦੇ ਬਚਨ ਆਉਂਦੇ ਨੇ, ਬਾਬਾ ਜੀ ਬਾਬਾ ਮੋਹਨ ਰਾਮ ਜੀ ਗੁਫਾ ਵਾਲੇ ਲਸੋਈ ਨਗਰ ਤੋਂ, ਉਹਨਾਂ ਦਾ ਉਹ ਦੇਖ ਲੈਂਦੇ ਸੀ ਵੀ ਇਹਦੇ ਮਨ ਵਿੱਚ ਕੀ ਆ। ਜੇ ਇੱਥੇ ਬੈਠੇ, ਇੱਥੋਂ ਬੈਠੇ ਜਾਂਦੇ ਸੀ ਨਾ, ਕਹਿੰਦੇ ਤੂੰ ਤਾਂ ਆਹ ਕਰਦਾ ਫਿਰਦਾ, ਇੱਥੇ ਕੀ ਕਰਨਾ ਆ ਬਈ, ਤੂੰ ਕੰਮ ਤਾਂ ਕੀ ਕਰਦਾ? ਅਤੇ ਕਹਿਣਾ ਸੀ ਤੁਹਾਡੇ ਕੋਲ ਆਇਆ। ਉਹ ਕਹਿੰਦੇ ਜੀ, ਉਹ ਪ੍ਰੇਮੀ ਕਹਿਣ ਲੱਗੇ ਸੀ ਜੀ ਤੂੜੀ ਖਰੀਦਣ ਗਏ ਸੀ ਉੱਥੋਂ, ਗਰਮੀ ਬੜੀ ਹੈ ਵੀ ਦੇਖਦਾ ਵੀ ਤੂੜੀ, ਕਹਿੰਦੇ ਵੀ ਦੇਖਦੇ ਉਹਨਾਂ ਪਿੰਡਾਂ 'ਚ ਦੇਖ ਲੈਣੇ, ਕਹਿੰਦੇ ਚੱਲ ਚਲੋ ਵੀ ਆਪਾਂ ਗੁਫਾ ਦਰਸ਼ਨ ਕਰ ਚੱਲੀਏ ਮਹਾਂਪੁਰਖਾਂ ਦੇ। ਕਹਿੰਦੇ ਅੱਗੇ ਦਰਸ਼ਨ ਕਰਨ ਗਏ, ਸਾਧ ਸੰਗਤ ਜੀ ਗੱਲ ਆਉਂਦੀ ਆ ਵੀ ਦੁਪਹਿਰਿਆਂ ਤੋਂ ਸਿਖਰ ਦੁਪਹਿਰਾ ਸੀ, ਕਹਿੰਦੇ ਬਾਬਾ ਜੀ ਅੱਗੇ ਖੜ੍ਹੇ ਖੁੰਡਾ ਲਈ, ਹੱਥ ਵਿੱਚ ਖੁੰਡਾ ਚੱਕਿਆ ਹੋਇਆ ਸੋਟਾ, ਕਹਿੰਦੇ ਹਾਂ ਬਈ ਕਿਵੇਂ ਆਇਓ, ਕੌਣ ਹੋ ਤੁਸੀਂ? ਕਹਿੰਦੇ ਬਾਬਾ ਜੀ ਤੁਹਾਡੇ ਦਰਸ਼ਨਾਂ ਨੂੰ ਆਇਆ। ਕਹਿੰਦੇ ਪ੍ਰੇਮੀਓ, ਆ ਦਰਸ਼ਨਾਂ ਦਾ ਸਮਾਂ ਕੋਈ, ਹੁਣ ਤਾਂ ਪੰਛੀ ਵੀ ਸੁੱਤੇ ਪਏ ਨੇ, ਸਿਖਰ ਦੁਪਹਿਰਾ ਹੈ, ਇਸ ਵੇਲੇ ਤਾਂ ਪੰਛੀ ਵੀ ਆਪਦੇ ਆਨੰਦ ਵਿੱਚ ਬੈਠੇ ਨੇ ਬਿਰਸ਼ਾਂ ਦੇ ਉੱਪਰ, ਤੁਸੀਂ ਸਾਡੇ ਦਰਸ਼ਨਾਂ ਨੂੰ ਫਿਰਦੇ ਹੋ? ਕਹਿੰਦੇ ਹਾਂ ਮਹਾਰਾਜ। ਕਹਿੰਦੇ ਜਾਓ ਜਾਓ ਤੂੜੀ ਖਰੀਦੋ, ਜਾ ਕੇ ਸਾਡੇ ਦਰਸ਼ਨਾਂ ਤੋਂ ਕੀ ਲੈਣਾ, ਜਾ ਖਰੀਦੋ ਆਪਦੀ ਤੂੜੀ ਜਾ ਕੇ ਜਿਹੜੀ ਦੇਖਦੇ ਫਿਰਦੇ। ਸੋ ਮਹਾਂਪੁਰਖਾਂ ਦਾ ਸਾਧ ਸੰਗਤ ਜੀ ਵੀ ਉਹ ਦੁਪਹਿਰੇ ਉਹ ਸਮਾਂ ਹੁੰਦਾ ਕੋਈ ਗੁਰੂ ਦੇ ਦਰਸ਼ਨਾਂ ਦਾ ਵੀ, ਗੁਰੂ ਦੇ ਚਰਨਾਂ ਵਿੱਚ ਆਉਣ ਦਾ ਵੀ, ਊਂ ਤਾਂ ਉਹੀ ਆਨੰਦ ਹੈ ਭਾਵੇਂ ਸਵੇਰ ਹੈ, ਸ਼ਾਮ ਹੈ, ਦੁਪਹਿਰ ਹੈ, ਰਾਤ ਹੈ, ਜਦੋਂ ਵੀ ਰੱਬ ਦੇ ਗੁਣ ਗਾਈਏ ਉਹ ਵੇਲਾ ਅੰਮ੍ਰਿਤ ਵੇਲਾ ਹੋ ਜਾਂਦਾ ਹੈ। ਅੰਮ੍ਰਿਤ ਹੀ ਹੈ ਸਾਧ ਸੰਗਤ ਜੀ, ਅੰਮ੍ਰਿਤ ਨਾਮ ਦੇ ਨਾਲ ਜੁੜਨਾ ਅੰਮ੍ਰਿਤ ਵੇਲਾ, ਅੰਮ੍ਰਿਤ ਸਮਾਂ ਉਹੀ ਹੈ। ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ। ਇੱਧਰ ਆਓ, ਪਿਆਰ ਦੇ ਨਾਲ ਜੋ ਵਿਚਾਰ ਕਰ ਰਹੇ ਹਾਂ, ਦੁਪਹਿਰਾ ਆਉਂਦਾ, ਹੁਣ ਦੇਖਦੇ ਹਾਂ ਵੀ ਸਭ ਪੰਛੀ ਵੀ ਆਪਣੇ ਬਿਰਸ਼ਾਂ ਦੇ ਉੱਪਰ ਆਨੰਦ ਵਿੱਚ ਆਉਂਦੇ ਨੇ। ਉਹਨੇ ਕਿਹਾ ਵੀ ਧੁੱਪ ਬੜੀ ਹੈ, ਇੱਕ ਬਿਰਸ਼ ਦੇ ਹੇਠਾਂ ਇੱਕ ਪਾਸੇ ਘੋੜੀ ਨੂੰ ਬੰਨ੍ਹ ਦਿੱਤਾ, ਆਪ ਸੌਂ ਗਿਆ, ਨੀਂਦ ਆ ਗਈ ਰਾਜੇ ਜਨਮੇਜੇ ਨੂੰ। ਅਤੇ ਸਾਧ ਸੰਗਤ ਜੀ ਉੱਧਰੋਂ ਇੱਕ ਉਸ ਤਲਾਬ ਦੇ ਵਿੱਚੋਂ, ਜੋ ਨੇੜੇ ਇੱਕ ਜਲ ਦਾ ਤਲਾਅ ਹੈ, ਉਹਦੇ ਵਿੱਚੋਂ ਇੱਕ ਘੋੜਾ ਪ੍ਰਗਟ ਹੋਇਆ ਸੀ। ਉਹ ਘੋੜੇ ਦਾ ਸਾਧ ਸੰਗਤ ਜੀ, ਜਿਸ ਬਾਦਸ਼ਾਹ ਜਿਸ ਘੋੜੀ 'ਤੇ ਸਵਾਰ ਹੋ ਕੇ ਆਇਆ, ਮੇਲ ਹੋਇਆ, ਔਰ ਰਾਜੇ ਨੂੰ ਨਹੀਂ ਪਤਾ ਲੱਗਿਆ ਇਸ ਗੱਲ ਦਾ, ਉਹ ਮੁੜਿਆ ਫਿਰ ਘੋੜੀ ਨੂੰ ਲੈ ਕੇ ਆਪਦੇ ਰਾਜ ਮਹਿਲਾਂ ਤੱਕ ਆ ਗਿਆ। ਥੋੜ੍ਹੇ ਸਮੇਂ ਦੇ ਵਿੱਚ ਹੀ ਸਾਧ ਸੰਗਤ ਜੀ, ਸਮੇਂ ਅਨੁਸਾਰ ਉਹ ਘੋੜੀ ਨੇ ਇੱਕ ਬਹੁਤ ਸੁੰਦਰ ਬਛੇਰਾ ਦਿੱਤਾ। ਦੇਖਿਆ ਵੀ ਬੜਾ ਸੁਨੱਖਾ ਘੋੜਾ ਹੈ, ਤਾਂ ਬੱਚਾ ਇਸ ਨੂੰ ਪਾਲਣਾ ਚਾਹੀਦਾ। ਉਹਨੇ ਪਾਲਣ ਲਾ ਦਿੱਤੇ, ਦੇਖੋ ਕੀ ਹੋਣੀ ਕਰ ਰਹੀ ਹੈ, ਪਤਾ ਵੀ ਹੈ, ਨਾਲੇ ਮਹਾਰਾਜ ਨੇ ਦੱਸਿਆ ਵੀ ਹੈ ਉਹਨਾਂ ਕਰੀ, ਪਰ ਉਸਨੇ ਉਹ ਬਛੇਰੇ ਨੂੰ ਪਾਲਣ ਵੀ ਪਾਲੋ ਉਹਨੂੰ, ਇਹ ਤਾਂ ਰੱਖਾਂਗੇ ਇਸ ਬਛੇਰੇ ਨੂੰ, ਬੜਾ ਦਰਸ਼ਨੀ ਹੈ। ਉਹ ਪਾਲਣ ਲੱਗ ਗਏ ਸਾਧ ਸੰਗਤ ਜੀ, ਬੜਾ ਸੋਹਣਾ ਘੋੜਾ ਬਣ ਗਿਆ, ਦੇਖਿਆ ਬੜਾ ਸੁੰਦਰ ਹੈ। ਹੁਣ ਨਾਲ ਦੇ ਜਿਹੜੇ ਸਲਾਹਕਾਰ ਨੇ, ਉਹਨਾਂ ਨੇ ਕਿਹਾ, ਰਾਜਨ ਜਿਹੜਾ ਚੱਕਰਵਰਤੀ ਪ੍ਰਤਾਪੀ ਰਾਜਾ ਹੋਵੇ ਉਹਨੂੰ ਅਸ਼ਵਮੇਧ ਜਾ ਕਰਨਾ ਚਾਹੀਦਾ ਹੈ, ਤੁਸੀਂ ਵੀ ਅਸ਼ਵਮੇਧ ਜਾ ਕਰੋ, ਉਸ ਜੱਗ ਦੇ ਵਿੱਚ ਇਸੇ ਘੋੜੇ ਨੂੰ ਛੱਡਿਓ। ਬਾਦਸ਼ਾਹ ਕਹਿੰਦਾ ਠੀਕ ਹੈ, ਉਵੇਂ ਹੀ ਹੋਵੇਗਾ। ਅਸ਼ਵਮੇਧ ਜੱਗ ਦਾ ਸਮਾਂ ਦਿਨ ਮਿਥਲਿਆ, ਕਿਹਾ ਸੀ ਨਾ ਵਿਆਹ ਜੀਆਂ ਨੇ ਵੀ ਅਸ਼ਵਮੇਧ ਜਾ ਕਰੇਗਾ, ਜੋ ਅਸ਼ਵਮੇਧ ਜੱਗ ਵੀ ਕਰਨ ਲੱਗ ਗਿਆ। ਸਾਧ ਸੰਗਤ ਜੀ, ਜੱਗ ਦਾ ਦਿਨ ਮਿਥਲਿਆ, ਹੁਣ ਜਿਸ ਦਿਨ ਅਸ਼ਵਮੇਧ ਜੱਗ ਹੋਇਆ ਉਸੇ ਦਿਨ ਇੱਕ ਉਹੀ ਘੋੜਾ, ਉਹੀ ਬਛੇਰਾ ਉਹਦੇ ਗਲ ਵਿੱਚ ਇਉਂ ਪਟਾ ਲਿਖ ਕੇ ਪਾ ਦਿੱਤਾ ਵੀ ਜਿਹੜਾ ਇਸ ਘੋੜੇ ਨੂੰ ਫੜੇਗਾ ਉਸਨੂੰ ਬਾਦਸ਼ਾਹ ਜਨਮੇਜਾ ਦੇ ਨਾਲ ਟੱਕਰ ਲੈਣੀ ਪਊਗੀ, ਯੁੱਧ ਕਰਨਾ ਪਵੇਗਾ। ਦੇਖੋ ਵਿਚਾਰ ਕੇ ਇਸ ਨੂੰ ਕੋਈ ਹੱਥ ਪਾਇਓ। ਉਹ ਘੋੜਾ ਕਹਿੰਦੇ ਕਈ ਰਿਆਸਤਾਂ ਦੇਸ਼ਾਂ ਦੇ ਵਿੱਚ ਦੀ ਲੰਘਦਾ ਗਿਆ, ਕਿਸੇ ਦਾ ਹੀਆ ਨਾ ਪਿਆ,
ਵੀ ਬਾਦਸ਼ਾਹ ਜਨਮੇਜੇ ਦੇ ਘੋੜੇ ਨੂੰ ਰੋਕ ਲਿਆ ਜਾਵੇ ਜਾਂ ਉਹਦੇ ਨਾਲ ਟੱਕਰ ਕੌਣ ਲਵੇਗਾ, ਬੜਾ ਪ੍ਰਤਾਪੀ ਆ ਉਹਦੇ ਕੋਲ ਫੌਜਾਂ ਬੜੀਆਂ ਨੇ, ਚੱਕਰਵਰਤੀ ਰਾਜਾ ਹੈ। ਪਰ ਕਹਿੰਦੇ ਇੱਕ ਦੇਸ਼ ਵਿੱਚ ਜਦੋਂ ਘੋੜਾ ਗਿਆ ਤਾਂ ਉਸ ਰਾਜੇ ਨੇ ਉਸ ਨੂੰ ਘੋੜੇ ਨੂੰ ਪਕੜ ਲਿਆ ਸੋਹਣਾ ਦੇਖ ਕੇ ਵੀ ਇਸ ਘੋੜੇ ਨੂੰ ਆਪਣੇ ਕੋਲ ਬੰਨ ਲਓ, ਆਪਾਂ ਰਾਜੇ ਜਨਮੇਜੇ ਨਾਲ ਲਵਾਂਗੇ ਟੱਕਰ, ਯੁੱਧ ਕਰਾਂਗੇ, ਆ ਜਾ ਬਾਦਸ਼ਾਹ ਅਸੀਂ ਤੇਰੇ ਨਾਲ ਯੁੱਧ ਕਰਨ ਦੇ ਲਈ ਤਿਆਰ ਹਾਂ। ਹੁਣ ਜਨਮੇਜੇ ਨੇ ਸੋਚਿਆ ਵਿਚਾਰਿਆ ਨਾ, ਯੁੱਧ ਨੂੰ ਵੀ ਚੱਲ ਪਿਆ ਸਾਂ ਸੰਗ ਜੀ, ਇਹ ਹੋਣੀ ਉਹ ਲਈ ਫਿਰਦੀ ਹੈ ਨਾ, ਜੰਗ ਨੂੰ ਚੱਲ ਪਿਆ। ਇਸੇ ਨੂੰ ਮਹਾਰਾਜ ਨੇ ਇਉਂ ਫਿਰ ਮੁੜ ਦੁਹਰਾ ਲਈਏ, ਉਹ ਲਿਖਿਆ ਕਰਤਾਰ ਦਾ ਮੇਟ ਨਾ ਸਕਦਾ ਕੋਈ, ਲਿਖਿਆ ਕਰਤਾਰ ਦਾ ਮੇਟ ਨਾ ਸਕਦਾ ਕੋਈ, ਸੰਗ ਜੋ ਹੋਣੀ ਹੈ ਹੋ ਕੇ ਰਹਿੰਦੀ ਹੈ। ਅੱਜ ਇਹੀ ਹੋਣੀ, ਰਾਜੇ ਜਨਮੇਜੇ ਨੂੰ ਯੁੱਧ ਵਾਸਤੇ ਤੁਰਨਾ, ਬੜੀਆਂ ਵਧੀਆਂ ਫੌਜਾਂ ਲਸ਼ਕਰ ਲੈ ਕੇ ਬਾਦਸ਼ਾਹ ਜਨਮੇਜਾ ਚੱਲ ਪਿਆ ਆਪਣੇ ਦੇਸ਼ ਤੋਂ। ਸਾਧ ਸੰਗਤ ਜੀ ਜਿਸ ਮੈਦਾਨ ਨੂੰ ਨਿਯਤ ਕੀਤਾ ਵੀ ਇਸ ਮੈਦਾਨੀ ਜੰਗ ਵੀ ਯੁੱਧ ਹੋਵੇਗਾ, ਇੱਧਰੋਂ ਬਾਦਸ਼ਾਹ ਜਨਮੇਜਾ ਦੀਆਂ ਫੌਜਾਂ, ਉੱਧਰੋਂ ਉਹ ਵੀ ਰਾਜਾ ਬੜਾ ਪ੍ਰਤਾਪੀ ਸੀ, ਕਹਿੰਦੇ ਆਪਸ ਵੀ ਯੁੱਧ ਹੋਇਆ। ਪਰ ਬਾਦਸ਼ਾਹ ਜਨਮੇਜਾ ਅੱਗੇ ਉਹ ਠਹਿਰ ਨਾ ਸਕਿਆ, ਮਹਾਂਪੁਰਖਾਂ ਦੇ ਬਚਨ ਸੀ ਵੀ ਹਾਰੇਗਾ ਵੀ ਉਹ ਰਾਜਾ, ਹਾਰ ਮੰਨੀ ਉਸਨੇ, ਹਾਰ ਗਿਆ। ਹੁਣ ਹਾਰ ਕੇ ਅੱਗੇ ਕੀ ਭੇਟਾ ਕੀਤਾ, ਉਹ ਕਹਿੰਦਾ ਬਾਦਸ਼ਾਹ ਮੈਂ ਤੇਰੇ ਅੱਗੇ ਹਾਰ ਮੰਨਦਾ, ਮੈਂ ਤੈਨੂੰ ਹੁਣ ਆਪਦੇ ਜਿਗਰ ਦਾ ਟੁਕੜਾ ਦੇ ਰਿਹਾ ਹਾਂ, ਆਪਦੀ ਧੀ ਦਾ ਰਿਸ਼ਤਾ ਮੈਂ ਤੇਰੇ ਨਾਲ ਕਰਦਾ ਹਾਂ, ਲੈ ਬਾਦਸ਼ਾਹ ਮੇਰੀ ਧੀ ਦਾ ਰਿਸ਼ਤਾ ਪ੍ਰਵਾਨ ਕਰ ਲੈ। ਜਨਮੇਜੇ ਨੇ ਉਸੇ ਸਮੇਂ ਆਉਂ ਵੀ ਪ੍ਰਵਾਨ ਹੈ, ਵਿਵਾਹ ਹੋ ਗਿਆ, ਸ਼ਾਦੀ ਹੋ ਗਈ, ਔਰ ਨਾਲ ਆਪਦੀ ਧੀ ਦੇ ਇੱਕ ਦਾਸੀ ਗੋਲੀ ਵੀ ਭੇਜੀ ਹੈ ਟਹਿਲਣ, ਵੀ ਇਹ ਸੇਵਾ ਕਰੂਗੀ। ਹੁਣ ਸਾਧ ਸੰਗਤ ਜੀ ਬਾਦਸ਼ਾਹ ਉਹ ਰਾਜੇ ਦੀ ਧੀ ਦੇ ਨਾਲ ਵਿਆਹ ਕਰਾ ਕੇ ਆਪਦੀ ਰਾਣੀ ਬਣਾ ਕੇ ਦਾਸੀ ਗੋਲੀ ਨੂੰ ਵੀ ਨਾਲ ਲੈ ਕੇ ਆਪਦੇ ਫਿਰ ਰਾਜ ਭਾਗ ਦੇ ਵਿੱਚ ਪਹੁੰਚ ਜਾਂਦਾ ਹੈ। ਉੱਥੇ ਆ ਕੇ ਉਹੀ ਹੋਣੀ ਫਿਰ ਮੁੜ ਚੱਕਰ ਖਾਂਦੀ ਹੈ, ਉਹੀ ਚੱਕਰ ਜੋ ਸਾਧ ਸੰਗਤ ਜੀ ਕਿਸੇ ਕਾਰਨ ਸੰਸਾਰ ਦੇ ਉੱਤੋਂ ਰਹਿਣਾ ਤਾਂ ਨਹੀਂ ਕਿਸੇ ਨੇ, ਜਾਣਾ ਤਾਂ ਸਾਰਿਆਂ ਨੇ ਹੀ ਹੈ, ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕੇ ਕਾਲ, ਇਹ ਤਾਂ ਕਿਸੇ ਦਾ ਸਮਾਂ ਹੁਣ ਆ ਗਿਆ, ਕਿਸੇ ਦਾ ਥੋੜ੍ਹੇ ਸਮੇਂ ਤੱਕ ਰਾਣਾ ਰਾਓ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੇ ਤੀਰ। ਕੋਈ ਕਾਰਨ ਬਣਦਾ ਹੈ ਵੀ ਰੱਬ ਆਪਦੇ ਸਿਰ ਨਹੀਂ ਲੈਂਦਾ, ਕਹਿੰਦੇ ਜੀ ਆਹ ਕਾਰਨ ਹੋ ਗਿਆ, ਨਹੀਂ ਤਾਂ ਉਹ ਪਤਾ ਨਹੀਂ ਕਿੰਨਾ ਚਿਰ ਹੋਰ ਜਿਉਂਦਾ ਰਹਿ ਜਾਂਦਾ ਹੈ। ਪਰ ਇਹਨਾਂ ਨੂੰ ਇਉਂ ਨਹੀਂ ਪਤਾ ਵੀ ਜਿੰਨੇ ਪਰਮੇਸ਼ੁਰ ਨੇ ਸਵਾਸ ਦਿੱਤੇ ਨੇ ਇਹ ਦੁਨੀਆਂ ਦੇ ਲੋਕੋ, ਨਾ ਉਹ ਵੱਧ ਹੋਣ ਨਾ ਘੱਟ ਹੋਣ, ਉਹ ਗਿਣ ਕੇ ਸਵਾਸ ਦੇ ਦਿੱਤੇ, ਲੈ ਆਹ ਸਵਾਸਾਂ ਨੂੰ ਭੋਗ ਲੈ। ਉਹ ਸਮਾਂ ਆਪਣੇ ਆ, ਜਿਵੇਂ ਮਹਾਂਪੁਰਖਾਂ ਨੇ ਬਚਨ ਕਰਨਾ ਵੀ ਜਿਵੇਂ ਸਾਧ ਸੰਗਤ ਜੀ ਤੁਰੇ ਜਾਂਦੇ ਹਾਂ, ਬੈਠੇ ਹਾਂ, ਸੁੱਤੇ ਪਏ ਹਾਂ, ਸਵਾਸਾਂ ਦੀ ਗਿਣਤੀ 24,000 ਖਰਚ ਬੰਦੇ ਦਾ, 24,000 ਕਿਹਾ ਹੈ 24 ਘੰਟਿਆਂ ਦੇ ਵਿੱਚ ਦਿਨ ਰਾਤ ਦਾ 24,000 ਦਾ ਖਰਚ ਹੈ ਸਾਧ ਸੰਗਤ ਜੀ, 24,000 ਹੀ ਅੱਖਰ ਸੁਖਮਨੀ ਸਾਹਿਬ ਦਾ ਹੈ। ਇੱਕ ਸੁਖਮਨੀ ਸਾਹਿਬ ਕੋਈ ਕਰ ਲਵੇ ਦਿਨ ਰਾਤ ਸਫਲਾ ਹੋ ਜਾਂਦਾ ਹੈ ਸਾਧ ਸੰਗਤ। ਇਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਵਚਨ ਨੇ। ਇੱਥੇ ਹੁਣ ਕਹਿੰਦੇ ਨੇ ਵੀ ਜੇ ਕੋਈ ਬੈਠਾ ਹੈ, ਬੈਠ ਕੇ ਗੁਰਬਾਣੀ ਪੜ੍ਹਨਾ, ਜਿਵੇਂ ਆਪਾਂ ਸਤਸੰਗ ਦੇ ਵਿੱਚ ਹੀ ਬੈਠੇ ਹਾਂ, ਇਸ ਸਮੇਂ ਅਨੁਸਾਰ ਕਹਿ ਲਓ ਵੀ 12,000 ਹੀ ਸਵਾਸ ਲੰਘ ਰਹੇ ਨੇ ਆਪਣੇ, ਅੱਧੇ ਸਵਾਸ ਆਪਣੇ ਕੋਲ ਨੇ ਬੈਠਿਆਂ ਦੇ, ਤੁਰ ਪਾਂਗੇ ਉੱਠ ਕੇ।